हेलो। ओके हाँ जी, गुड मॉर्निंग जी। गुड मॉर्निंग। हेलो जी। हेलो हिमांशु जी। हेलो। तो वेलकम टू द लॉन्चपैड एजुकेशन पंजाब जी। क्वेश्चंस आपा करांगे, टॉपिक रहूगा स्ट्रेटेजी जी का। बथेरे क्वेश्चंस आगे आज दी इस क्लास ਦੇ ਵਿੱਚ। 9:30 ਵਜੇ ਆਪਣੀ ਕਲਾਸ ਸਟਾਰਟ ਹੋ ਜਾਂਦੀ ਹੈ। ਪੂਰੇ ਪੂਰੇ ਤੁਸੀਂ ਇਨਰ ਕਲਾਸਿਸ ਦੇ ਵਿੱਚ ਵੱਧ ਤੋਂ ਵੱਧ ਪਾਰਟਿਸਿਪੇਟ ਜ਼ਰੂਰ ਕਰਿਆ ਕਰੋ। ਹੁਣੇ ਇਸ ਤੋਂ ਪਹਿਲੇ ਆਪਾਂ ਟਾਈਮ ਸਪੀਡ ਡਿਸਟੈਂਸ ਉੱਤੇ ਕਲਾਸ ਲਗਾਈ ਸੀਗੀ, ਉਹ ਵਾਲੀ ਕਲਾਸ ਵੀ ਜ਼ਰੂਰ ਸੁਣ ਲਿਓ ਕਿਉਂਕਿ ਇੰਪੋਰਟੈਂਟ ਸੀਗੀ। ਆਪਣੀ ਕਲਾਸਿਸ ਦੇ ਜਿਹੜੇ ਟਾਈਮਿੰਗ ਹੈਗੇ ਆ 8 ਤੋਂ 11 ਹੁੰਦੇ ਆ। ਮੈਂ ਤੁਹਾਨੂੰ ਹਮੇਸ਼ਾ ਇੱਥੇ 8 ਤੋਂ 11 ਕਲਾਸ ਦੇ ਵਿੱਚ ਮਿਲ ਜਾਵਾਂਗਾ। ਤੁਸੀਂ ਲੋ ਸਵੇਰੇ ਸਵੇਰੇ ਉੱਠ ਜਾਂਦੇ ਹੋ, ਮੇਰੇ ਨਾਲ ਆਪਣੀ ਤਿਆਰੀ ਵਧੀਆ ਕਰ ਸਕਦੇ ਹੋ ਨਾ। ਇੱਕਦਮ ਸਾਰੀ ਚੀਜ਼ ਆਪਾਂ ਕਰੀਦੀ, ਹਿਸਟਰੀ ਪੋਲਿਟੀ ਆ ਸਾਰੀ ਚੀਜ਼ਾਂ ਕਰਦੇ ਰਹਿੰਦੇ ਆ, ਸਟੈਟਿਕ ਜੀਕੇ ਵੀ ਕਰਦੇ ਰਹਿੰਦੇ ਆ, ਮੈਥਸ ਵੀ ਕਰਦੇ ਰਹਿੰਦੇ ਆ, ਰੀਜਨਿੰਗ ਵੀ ਕਰਦੇ ਰਹਿੰਦੇ ਆ, ਆਲਮੋਸਟ ਸਾਰੀ ਚੀਜ਼ਾਂ ਆਪਾਂ ਕਰ ਲਈ ਦੀਆਂ ਇਹਨਾਂ ਕਲਾਸਿਸ ਦੇ ਵਿੱਚ। ਤਾਂ ਹੁਣ ਤੁਹਾਨੂੰ ਮੈਂ ਹੋਰ ਚੀਜ਼ਾਂ ਦੱਸ ਦਵਾਂ ਵੀ ਜਿਹੜੇ ਐਸਪੀਰੈਂਟ ਹੋਰ ਵੀ ਜ਼ਿਆਦਾ ਅੱਛੀ ਤਿਆਰੀ ਕਰਨਾ ਚਾਹੁੰਦੇ ਆ, ਤੁਸੀਂ ਸਾਡੇ ਪੇਡ ਕਲਾਸਿਸ ਦੇ ਵਿੱਚ ਯਾਨੀ ਕਿ ਕੋਰਸ ਦੇ ਵਿੱਚ ਐਨਰੋਲ ਕਰ ਸਕਦੇ ਹੋ। ਲਾਂਚਪੈਡ ਐਜੂਕੇਸ਼ਨ ਦੀ ਵੈਬਸਾਈਟ ਤੇ ਚਲੇ ਜਾਓ, ਲਿੰਕ ਜਿਹੜਾ ਹੈਗਾ ਡਿਸਕ੍ਰਿਪਸ਼ਨ 'ਚ ਪਿਆ ਹੋਇਆ, ਉੱਥੇ ਜਾਓ। ਉੱਥੇ ਜਾ ਕੇ ਜਿਹੜਾ ਮਰਜ਼ੀ ਕੋਰਸ ਪਰਚੇਸ ਕਰੋ, ਪਟਵਾਰੀ ਦਾ ਕਰਨਾ ਹੈ, ਕਾਂਸਟੇਬਲ ਦਾ ਕਰਨਾ ਹੈ, ਐਕਸਾਈਜ਼ ਦਾ, ਪੰਜਾਬ ਹਰਿਆਣਾ ਕੋ ਕਲਰਕ ਕੋਰਟ ਦਾ, ਜਿਹੜਾ ਮਰਜ਼ੀ ਐਗਜ਼ਾਮ ਤੁਸੀਂ ਟਾਰਗੇਟ ਕੀਤਾ ਹੋਇਆ, ਇਹਨਾਂ ਦੇ ਕੋਰਸਿਸ ਨੂੰ ਪਰਚੇਸ ਕਰ ਸਕਦੇ ਹੋ। ਬਿਲਕੁਲ ਨਵੇਂ ਬੈਚਸ ਚੱਲਦੇ ਪਏ ਆ। ਹਾਂ ਆ ਜਾਓ ਜੀ, ਆ ਜਾਓ। ਮੈਂ ਵੀ ਬੈਗ ਆ ਗਿਆ ਸੀ, ਆਈ ਐਮ ਆਲਸੋ ਬੈਗ। ਤੋ ਇੱਕ ਸਾਰੇ ਕੋਰਸਿਸ ਦੀ ਇਨਫੋਰਮੇਸ਼ਨ ਇਦਾਂ ਹੈ ਕਿ ਵੀ 2000 ਦੇ ਕੋਰਸ ਹੈਗੇ, ਲੇਕਿਨ ਆਫਲਾਈਨ ਅਮਾਉਂਟ ਦੇ ਵਿੱਚ ਹੈਗੇ ਆ। ਜੇ ਤਾਂ ਤੁਸੀਂ ਲੁਧਿਆਣਾ ਸੈਂਟਰ ਦੇ ਵਿੱਚ ਆ ਕੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਲੋਕ ਇਹਨਾਂ ਕੋਰਸਿਸ ਦੇ ਵਿੱਚ ਐਨਰੋਲ ਕਰ ਸਕਦੇ ਹੋ। ਤੇ ਜੇ ਇਹ ਸਾਰੇ ਐਗਜ਼ਾਮ ਟਾਰਗੇਟ ਕੀਤਾ ਤੁਸੀਂ ਨਾ, ਇਹ ਸਾਰੇ ਐਗਜ਼ਾਮ ਨੂੰ, ਤਾਂ ਤੁਸੀਂ ਇੱਕ ਹੀ ਬੈਚ ਪਰਚੇਸ ਕਰ ਸਕਦੇ ਹੋ। ਪੰਜਾਬ ਕੋਰ ਬੈਚ ਜਿਸ ਦਾ ਜੋ ਪ੍ਰਾਈਸ ਹੈ ਉਹ 4000 ਪੈ ਜਾਏਗਾ। ਮੇਰਾ ਰੈਫਰਲ ਕੋਡ ਜ਼ਰੂਰ ਲਗਾ ਲਿਓ ਬਈ, ਮੇਰਾ ਰੈਫਰਲ ਕੋਡ LP ਸੰਚਿਤ ਹੈਗਾ। ਜਦੋਂ ਵੀ ਕੋਰਸ ਨੂੰ ਪਰਚੇਸ ਕਰਨਾ ਹੈ, ਟੈਸਟ ਸੀਰੀਜ਼ ਨੂੰ ਪਰਚੇਸ ਕਰਨਾ ਹੈ, ਕੁਝ ਵੀ ਚੀਜ਼ ਪਰਚੇਸ ਕਰਨੀ ਹੈ, ਕੋਰਸ ਨੂੰ ਪਰਚੇਸ ਕਰ ਲਓ, ਜ਼ਿਆਦਾ ਵਧੀਆ ਰਹੇਗਾ ਕਿਉਂਕਿ ਆਫਲਾਈਨ ਮੋਡ ਦੇ ਵਿੱਚ ਤੁਹਾਨੂੰ ਪ੍ਰੋਪਰ ਨੋਟਸ ਵੀ ਮਿਲਦੇ ਹੈਗੇ ਆ ਇਹਨਾਂ ਬੈਚ ਇਹਨਾਂ ਕਲਾਸਿਸ ਦੇ, ਚਾਹੇ ਜੋਗ੍ਰਾਫੀ ਹੋਵੇ, ਹਿਸਟਰੀ, ਪੋਲਿਟੀ, ਸਾਰੀ ਚੀਜ਼ਾਂ ਦੇ ਤੁਹਾਨੂੰ ਨੋਟਸ ਵੀ ਪ੍ਰੋਵਾਈਡ ਕੀਤੇ ਜਾਂਦੇ ਹੈਗੇ ਆ। ਔਰ ਜੇ ਤੁਸੀਂ ਆਨਲਾਈਨ ਤਿਆਰੀ ਕਰਨਾ ਚਾਹੁੰਦੇ ਹੋ, ਹਜ਼ਾਰ ਰੁਪਏ ਦੇ ਵਿੱਚ ਤੁਸੀਂ ਆਨਲਾਈਨ ਤਿਆਰੀ ਕਰ ਸਕਦੇ ਹੋ। ਔਰ ਜਿਹਦਾ ਇਹਦੇ ਵਿੱਚ ਜਿਹੜਾ ਬੈਚ ਹੈਗਾ ਪੰਜਾਬ ਕੋਰ ਬੈਚ, ਇਹਦਾ ਜੋ ਪ੍ਰਾਈਸ ਹੈ ਉਹ ਤੁਹਾਨੂੰ ਪੈ ਜਾਂਦਾ 3000। ਰੈਫਰਲ ਕੋਡ ਜ਼ਰੂਰ ਲਗਾਉਣਾ ਹੈਗਾ LP ਸੰਚਿਤ ਵਾਲਾ, ਕਿਉਂਕਿ ਇਹਦੇ ਨਾਲ ਹੀ ਤੁਹਾਨੂੰ ਇਹ ਡਿਸਕਾਊਂਟ ਮਿਲਣਾ ਹੈਗਾ। ਜਾਂ ਤਾਂ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਲਓ, ਲਾਂਚਪੈਡ ਐਜੂਕੇਸ਼ਨ ਦੀ ਪਲੇ ਸਟੋਰ ਦੇ ਉੱਤੇ ਐਪਲੀਕੇਸ਼ਨ ਮਿਲ ਜਾਏਗੀ, ਤੇ ਉਸ ਤੋਂ ਬਾਅਦ ਉੱਥੇ ਜਾ ਕੇ ਐਡ ਟੂ ਕਾਰਡ ਕਰ ਦਿਓ। ਕੋਰਸ ਨੂੰ ਹੈਵ ਅ ਕੂਪਨ ਕੋਡ ਮੰਗੇਗਾ, ਕੋਰਸ ਨੂੰ ਜਦੋਂ ਪਰਚੇਸ ਕਰਨਾ ਹੈਵ ਅ ਕੂਪਨ ਕੋਡ ਮੰਗ ਲੇਗਾ, ਉੱਥੇ LP ਸੰਚਿਤ ਲਗਾਉਣਾ ਹੈਗਾ। ਠੀਕ ਹੈ, ਕਰਦੇ ਹਾਂ ਜੀ ਕਲਾਸ ਨੂੰ ਸਟਾਰਟ। ਇਸ ਤੋਂ ਬਾਅਦ PCS ਦੇ ਬੈਚਸ ਵੀ ਚੱਲਦੇ ਪਏ ਆ ਆਨਲਾਈਨ ਆਫਲਾਈਨ ਮੋਡ ਦੇ ਵਿੱਚ, ਤੁਸੀਂ ਜਿੱਦਾਂ ਮਰਜ਼ੀ ਅਨਰੋਲ ਕਰਨਾ ਚਾਹੋ ਤੁਹਾਡੀ ਮਰਜ਼ੀ ਹੈ। ਆਫਲਾਈਨ ਜੇ ਲੁਧਿਆਣਾ ਆ ਕੇ ਕਰਨੀ ਚਾਹੁੰਦੇ ਹੋ ਤਿਆਰੀ, ਲੁਧਿਆਣਾ ਆ ਕੇ ਕਰ ਸਕਦੇ ਹੋ। ਔਰ ਮੋਰ ਓਵਰ ਜੇ ਤੁਸੀਂ ਤਿਆਰੀ ਕਰਨਾ ਚਾਹੁੰਦੇ ਹੋ ਘਰ ਬੈਠ ਕੇ, ਜਿੱਦਾਂ ਮਰਜ਼ੀ ਰਹਿੰਦੇ ਹੋ ਤੁਸੀਂ ਪੰਜਾਬ ਦੇ ਜਿਹੜੇ ਮਰਜ਼ੀ ਕੋਨੇ ਦੇ ਵਿੱਚ, ਜਿਹੜੇ ਮਰਜ਼ੀ ਸ਼ਹਿਰ ਦੇ ਵਿੱਚ, ਆਨਲਾਈਨ ਮੋਡ ਦੇ ਵਿੱਚ ਤੁਸੀਂ ਇਹਨਾਂ ਬੈਚਸ ਦੀ ਤਿਆਰੀ ਕਰ ਸਕਦੇ ਹੋ। ਮੇਰਾ ਰੈਫਰਲ ਕੋਡ ਇੱਥੇ ਲਗਾ ਲਿਓ LP0 70, ਇਹਦੇ ਨਾਲ ਤੁਹਾਨੂੰ 10,000 ਦਾ ਆਫ ਵੀ ਮਿਲ ਜਾਂਦਾ ਹੈਗਾ। ਮਤਲਬ ਵੈਸੇ ਕੋ ਜੋ ਕੋਰਸ ਦੀ ਫੀਸ ਹੈ ਉਹ 59,000 ਹੈ, ਲੇਕਿਨ ਉਹ 49,000 ਰਹਿ ਜਾਏਗੀ ਮੇਰੇ ਰੈਫਰਲ ਕੋਡ ਤੋਂ ਬਾਅਦ। ਠੀਕ ਹੈ, ਸਟਾਰਟ ਕਰਦੇ ਆਪਣੇ ਕੁਸ਼ਚਨ ਨੂੰ। ਕੁਝ ਕੁਸ਼ਚਨ ਆਪਾਂ ਪਹਿਲੀ ਕਲਾਸ ਦੇ ਵਿੱਚ ਵੀ ਕਰੇ ਸੀਗੇ ਤੇ ਹੁਣ ਵੀ ਕਰਾਂਗੇ ਆਪਾਂ ਕੁਸ਼ਚਨ ਨੂੰ। ਅੱਛਾ, ਇਹਦੇ ਵਿੱਚ ਕੁਝ ਕੁਸ਼ਚਨ ਇੱਦਾਂ ਦੇ ਗਏ ਜਿਹੜੇ ਰਿਪੀਟ ਆ ਸਕਦੇ ਆ। ਚਲੋ ਜੀ ਦੇਖਦੇ ਆ ਕੁਸ਼ਚਨ ਕੌਣ ਕਰੇਗਾ। ਸਾਰੀ ਚੀਜ਼ਾਂ ਪੜ੍ਹਦੇ ਆ ਕਿ ਵੀ ਕੀਟ ਵਿਗਿਆਨ ਉਹ ਵਿਗਿਆਨ ਹੈ ਜੋ ਅਧਿਐਨ ਕਰਦਾ ਹੈ ਕਿਸ ਚੀਜ਼ ਦਾ। ਐਂਟੋਮੋਲੋਜੀ ਇਜ਼ ਦਿਸ ਸਾਇੰਸ ਦੈਟ ਸਟੱਡੀ ਵਿਦ। ਪਿਛਲੀ ਕਲਾਸ ਦੇ ਵਿੱਚ ਮੈਂ ਆਹੀ ਕੁਸ਼ਚਨ ਡਾਲਿਆ ਸੀਗਾ ਕਿਉਂਕਿ ਸਟੱਡੀ ਬੇਸਡ ਕੁਸ਼ਚਨ ਆਉਂਦੇ ਹੈਗੇ ਸਾਡੇ ਪੇਪਰਾਂ ਦੇ ਵਿੱਚ। ਤਾਂ ਜ਼ਰੂਰੀ ਹੈਗੇ ਆ ਆਹ ਵਾਲੇ ਕੁਸ਼ਚਨ ਕਿ ਵੀ ਕੀਟ ਵਿਗਿਆਨ ਉਹ ਵਿਗਿਆਨ ਹੈ ਜੋ ਅਧਿਐਨ ਕਰਦਾ ਹੈ ਕਿਸ ਚੀਜ਼ ਦਾ ਅਧਿਐਨ ਕਰੇਗਾ। ਰੈਪਿਡ ਫਾਇਰ ਵਾਂਗੂ ਆਪਾਂ ਕੁਸ਼ਚਨ ਕਰਨੇ ਹੈਗੇ, ਆਪਣੇ ਜਾਨ ਲੈ ਆਈਓ ਬਈ, ਮੇਰੇ 'ਚ ਵੀ ਜਾਨ ਹੋਵੇਗੀ, ਤੁਹਾਡੇ ਲੋਕਾਂ ਦੇ ਆਂਸਰ ਆਉਣੇ ਚਾਹੀਦੇ ਆ। ਰੈਪਿਡ ਫਾਇਰ ਵਾਂਗੂ ਅਗਰ ਜੇ ਕੁਸ਼ਚਨ ਤੁਸੀਂ ਕਹਿੰਦੇ ਹੋ ਕਿ ਵੀ ਕਰੀਏ ਸੀ, ਤਾਂ ਜ਼ਰੂਰ ਸਭ ਦੇ ਆਂਸਰ ਆਉਣੇ ਚਾਹੀਦੇ ਆ। ਸੈਸ਼ਨ ਨੂੰ ਸ਼ੇਅਰ ਕਰੋ ਇੱਕ ਵਾਰ, ਸਾਰੀ ਜਗ੍ਹਾ ਦੇ ਉੱਤੇ ਸੈਸ਼ਨ ਨੂੰ ਸ਼ੇਅਰ ਜ਼ਰੂਰ ਕਰੋ। ਸਟੈਟਿਕ ਜੀਕੇ ਦਾ ਗਿਆਨ ਯਾਰ 100 ਕੁਸ਼ਚਨਾਂ ਦਾ ਗਿਆਨ 1.5 ਘੰਟੇ ਦੀ ਵੀਡੀਓ ਦੇ ਵਿੱਚ ਬਹੁਤ ਹੁੰਦਾ, ਬਹੁਤ
ओके तो बी 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 पार्ट बिल्कुल करेक्ट है। इंसेक्ट की स्टडी की कहा जाता है अगला व्हेन द एनेक्सेशन ऑफ पंजाब टू प्लेस बाय द ब्रिटिश। रैपिड फायर वांगू करना है, 100 क्वेश्चंस है तो जल्दी जल्दी सारे दे आंसर आने चाहिए। मैं भी थोड़ा मोबाइल पकड़ ला क्योंकि मोबाइल दे विच ना मैं भी कमेंट पढ़ पाऊंगा थोड़े लोगों दे। ओके इनू रख देने हां, इधर इनू रख देते हां। ओके रैपिड फायर जी, रैपिड फायर बिल्कुल थोड़े लोगों दे आंसर आने चाहिए है। और सेशन को शेयर भी करो एक बार जे कर सकते हो, तो जिन्होंने लाइक नहीं करया लाइक भी कर दियो वीडियो नु यार। ओके तो अंग्रेजों द्वारा पंजाब का कब्जा कदों होया, 1843 1846 49 या फिर 53। देखो मैं इस ना कोई एक्सप्लेनेशन खास करांगा नहीं फिर आज की क्लास जे रैपिड फायर वांगू करना है तो कोई एक्सप्लेनेशन नहीं होगी भाई किहड़े लॉर्ड ने किया किहड़ी लड़ाई किया इस सारी चीजा मैं नहीं बताऊंगा, सीधा सीधा आप क्वेश्चन नू करना है ना। ओके हाँ जी तो 1849 वाला करेक्ट आंसर है कि जो पंजाब से 1849 पूरा का पूरा जरा अंग्रेजा के हाथ च आ गया। अगला पढ़ दिया सवाल कि भी ऑन विच अमंग द फॉलोइंग डेट्स एग्जीक्यूशन ऑफ भगत सिंह टुक प्लेस। भगत सिंह की फांसी हेठ लिखा तरीका विचों किस दिन हुई सी। ये भी बहुत ईजी क्वेश्चन है। हाँ जी मैं क्या ना चीजा करन बैठ गए ना बड़ी ज्यादा एक्सप्लेनेशन के उत्ते चला जाना आप। When, okay, on which among the following date execution of Bhagat Singh took place? Okay जी, तो answer आ गया थोड़े लोगों का March 3 exactly जी March 3 1931 exactly। अगला कर दिया In which year the first world war Germany declared war on Russia and France? ਕਿਹੜੇ ਸਾਲ ਸੀ ਇਨ ਵਿਚ ਈਅਰ ਆਫ ਦ ਫਸਟ ਵਰਲਡ ਵਾਰ ਜਰਮਨੀ ਡਿਕਲੇਅਰਡ ਵਾਰ ਔਨ ਰਸ਼ੀਆ ਐਂਡ ਫਰਾਂਸ। ਅਪ੍ਰੈਲ ਉਹ ਅਪ੍ਰੈਲ ਤੇ ਹੀ ਥੋੜਾ ਸੀਗੀ ਬਤਰਾ ਜੀ ਕੀ ਹੋ ਗਿਆ ਮਾਰਚ ਸੀਗੀ ਕਿੱਥੇ ਧਿਆਨ ਤੁਹਾਡਾ। ਓਕੇ ਤੋ ਕਿਹੜਾ ਸਾਲ ਸੀਗਾ ਜੀ ਇਨ ਵਿਚ ਈਅਰ ਦ ਫਸਟ ਵਰਲਡ ਵਾਰ ਜਰਮਨੀ ਡਿਕਲੇਅਰਡ ਵਾਰ ਔਨ ਰਸ਼ੀਆ ਐਂਡ ਫਰਾਂਸ ਕਿਹੜਾ ਸਾਲ ਸੀਗਾ 1914 ਵਾਲਾ ਸਾਲ ਸੀਗਾ ਨਾ 1914 ਦੇ ਵਿੱਚ ਵਰਲਡ ਵਾਰ ਫਸਟ ਹੁੰਦੀ ਹੈ ਤੇ ਵਰਲਡ ਵਾਰ ਸੈਕਿੰਡ ਜਦੋਂ ਹੁੰਦੀ ਸੀਗੀ ਉਹ ਸੀਗਾ ਟਾਈਮ ਪੀਰੀਅਡ 1939 ਟੂ 45 ਵਾਲਾ ਜਿਹੜਾ ਕਹਿ ਦਿੰਦੇ ਆਪਾਂ। ਅਗਲਾ ਕੁਐਸਚਨ ਪੜ੍ਹਦੇ ਆ ਮਹਿਲਵਾਰੀ ਸਿਸਟਮ ਆਫ ਰੈਵਨਿਊ ਸੈਟਲਮੈਂਟ ਵਾਸ ਇੰਟਰੋਡਿਊਸ ਇਨ ਵਿਚ ਆਫ ਦੀ ਫੋਲੋਇੰਗ। ਇੱਕ ਅੱਛਾ ਕੁਐਸਚਨ ਹਿਸਟਰੀ ਦਾ ਕੁਐਸਚਨ ਹੈ ਮਾਲਵਾ ਨਿਪਟਾਰਾ ਦੀ ਮਹਿਲਵਾੜੀ ਪ੍ਰਣਾਲੀ ਹੇਠ ਲਿਖਿਆ ਵਿੱਚੋਂ ਕਿਸ ਵਿੱਚ ਸ਼ੁਰੂ ਕੀਤੀ ਗਈ ਬੰਗਾਲ ਬੰਬੇ ਮਦਰਾਸ ਜਾਂ ਫਿਰ ਨਾਰਥ ਵੈਸਟ ਪ੍ਰੋਵਿੰਸਿਸ। ਬਤਰਾ ਸੁੱਤਾ ਨਹੀਂ ਸਾਰੀ ਰਾਤ ਪੜ੍ਹਦਾ ਰਿਹਾ ਲੱਗਦਾ। ਇੰਨੀ ਟਾਈਪ ਮਿਸਟੇਕ ਤੁਸੀਂ ਮਾਰਚ ਨੂੰ ਅਪ੍ਰੈਲ ਲਿਖ ਦਿੱਤਾ ਇਹ ਕਿੱਦਾਂ ਦੀ ਟਾਈਪ ਮਿਸਟੇਕ ਹੋਈ। ਚਲੋ ਜੀ ਬਤਾਓ ਜੀ ਮਹਿਲਵਾਰੀ ਸਿਸਟਮ ਜਿਹੜਾ ਸੀਗਾ ਉਹ ਫਿਰ ਰੈਵਨਿਊ ਸੈਟਲਮੈਂਟ ਵਾਸ ਇੰਟਰੋਡਿਊਸ ਇਨ ਵਿਚ ਆਫ ਦ ਫੋਲੋਇੰਗ ਬੰਗਾਲ ਮਦਰਾਸ ਬੰਬੇ ਜਾਂ ਫਿਰ ਕਿੱਥੇ ਨਾਰਥ ਵੈਸਟ ਪ੍ਰੋਵਿੰਸਿਸ ਬੰਗਾਲ। ਅਰੇ ਪਹਿਲੇ ਵੀ ਕਰਿਆ ਹੋਇਆ ਕੁਛ ਨਾ ਡੀ ਪਾਰਟ ਨਹੀਂ ਨਹੀਂ ਨਾਰਥ ਵੈਸਟ ਪ੍ਰੋਵਿੰਸਿਸ। ਓਕੇ ਤੋ ਇਹਦਾ ਆਂਸਰ ਆਏਗਾ ਐਗਜੈਕਟਲੀ ਜੀ ਨਾਰਥ ਵੈਸਟ ਪ੍ਰੋਵਿੰਸਿਸ। ਠੀਕ ਹੈ ਜਿਹੜਾ ਆਹ ਵਾਲਾ ਸਿਸਟਮ ਹੈਗਾ ਮਹਿਲਵਾਰੀ ਵਾਲਾ ਸਿਸਟਮ ਜਿਹੜਾ ਸੀਗਾ ਉਹ ਨਾਰਥ ਵੈਸਟ ਪ੍ਰੋਵਿੰਸਿਸ ਦੇ ਵਿੱਚ ਕਰਿਆ ਗਿਆ ਸੀਗਾ ਜੀ ਇੰਟਰੋਡਿਊਸਡ। ਹੂ ਇਜ਼ ਦ ਐਕਸ ਆਫੀਸ਼ੀਓ ਪ੍ਰੈਜ਼ੀਡੈਂਟ ਆਫ ਆਲ ਦ ਪਾਰਲੀਮੈਂਟਰੀ ਫੋਰਮਸ। ਬਹੁਤ ਹੀ ਈਜ਼ੀ ਕੁਐਸਚਨ ਇੱਕ ਹੋਰ ਵਾਲਾ ਨਾਰਥ ਵੈਸਟ ਪੰਜਾਬ ਔਰ ਹਰਿਆਣਾ
ਸਾਰੇ ਸੰਸਦੀ ਫੋਰਮਾਂ ਦਾ ਸਾਬਕਾ ਪ੍ਰਧਾਨ ਕੌਣ ਹੈ? ਕੌਣ ਹੈ ਜੀ? ਸਤਿ ਸ੍ਰੀ ਅਕਾਲ ਜੀ ਮੁਹੰਮਦ ਜੀ। ਮੁਹੰਮਦ ਜੀ ਅੱਜ ਰੈਪਿਡ ਫਾਇਰ ਵਾਂਗੂ ਕੁਸ਼ਚਨ ਕਰਨੇ ਹੈਗੇ, ਸਾਰੇ ਦੇ ਸਾਰੇ ਆਂਸਰ ਆਉਣੇ ਚਾਹੀਦੇ ਹੈ। ਮੁਹੰਮਦ ਜੀ ਤੁਸੀਂ ਮੈਥ ਦੀ ਕਲਾਸ ਵੀ ਲਾ ਲਿਆ ਕਰੋ ਮੇਰੀਆਂ, ਮੈਥ ਦੀ ਕਲਾਸ ਕਿਤੇ ਹੋਰ ਲਾਉਂਦੇ ਹੋ। ਓਕੇ, ਤੋ ਆਂਸਰ ਕਿਹੜਾ ਆ ਜੂਗਾ? ਡੀ ਪਾਰਟ, ਚੇਅਰਮੈਨ ਆਫ ਦੀ ਰਾਜ ਸਭਾ, ਸਪੀਕਰ, ਪ੍ਰੈਜ਼ੀਡੈਂਟ, ਚੇਅਰਮੈਨ, ਸਪੀਕਰ, ਸਪੀਕਰ। ਆ ਵੈਸੇ ਇਹਦਾ ਆਂਸਰ ਨਾ ਇੱਕ ਇੱਥੇ ਇਹਦਾ ਆਂਸਰ ਜਿਹੜਾ ਹੈਗਾ ਉਹ ਚੇਅਰਮੈਨ ਸਪੀਕਰ ਹੀ ਆਉਣਾ ਹੈ, ਇਹਦਾ ਆਂਸਰ ਸਪੀਕਰ ਹੀ ਆਉਣਾ ਹੈ। ਅਗਲਾ ਕੁਸ਼ਚਨ ਕਰਦੇ ਹਾਂ। ਵਿਚ ਆਫ ਦਾ ਫੋਲੋਇੰਗ ਪਾਸਿਸ ਇਜ਼ ਸਿਚੁਏਟਿਡ ਐਟ ਦਾ ਹਾਈਐਸਟ ਐਲੀਵੇਸ਼ਨ, ਹੇਠ ਲਿਖਿਆ ਪਾਸਿਆਂ ਵਿੱਚੋਂ ਕੋਈ ਸਭ ਤੋਂ ਉੱਚੀ ਉਚਾਈ ਤੇ ਸਥਿਤ ਹੈ ਕਿਹੜਾ ਜੀ? ਇਹਨਾਂ ਚੋਂ ਕਿਹੜਾ ਹੈਗਾ? ਰੈਪਿਡ ਫਾਇਰ ਵਾਂਗੂ ਕਰ ਰਿਹਾ, ਬਤਾ ਦਿਓ ਛੇਤੀ ਛੇਤੀ। ਵਿਚ ਆਫ ਦਾ ਫੋਲੋਇੰਗ ਪਾਸਿਸ ਇਜ਼ ਸਿਚੁਏਟਿਡ ਐਟ ਦੀ ਹਾਈਐਸਟ ਐਲੀਵੇਸ਼ਨ? ਰੋਹਤਾਂਗ, ਅਰੇ ਨਥੂਲਾ, ਜੀਪਲਾ, ਜਲਪਲਾ, ਰੋਹਤਾਂਗ ਜਾਂ ਫਿਰ ਜੋਜੀਲਾ। ਮੇਰੀ ਕਲਾਸ ਸਵੇਰੇ 8 ਵਜੇ ਹੁੰਦੀ ਹੈ ਮੁਹੰਮਦ ਜੀ, ਪਿਛਲੇ 4 ਮੰਥ ਤੋਂ ਮੇਰੀ 8 ਵਜੇ ਕਲਾਸਿਸ ਹੁੰਦੀ ਹੈ ਕੁਆਂਟ ਰੀਜ਼ਨਿੰਗ ਦੀ। ਅਕਤੂਬਰ ਤੋਂ ਮੈਂ ਸਵੇਰੇ, ਪੂਰੀ ਦਸੰਬਰ ਬੀਤ ਗਈ ਹੈ, ਦਸੰਬਰ ਦੇ ਵਿੱਚ ਮੈਂ ਠੰਡ ਦੇ ਵਿੱਚ ਆਇਆ ਇੱਥੇ ਕਲਾਸਾਂ ਲਗਾਈਆਂ। ਹਾਂਜੀ, ਤੋ ਇਹਦਾ ਆਂਸਰ ਕਿਹੜਾ ਆ ਰਿਹਾ? ਓਕੇ, ਤੋ ਇਹਦਾ ਆਂਸਰ ਆਏਗਾ ਐਕਚੁਅਲੀ ਨਥੂਲਾ। ਨਹੀਂ ਨਹੀਂ ਨਥੂਲਾ ਨਹੀਂ ਹੈਗਾ, ਨਥੂਲਾ ਹੈਗਾ, ਜੋਜੀਲਾ ਨਹੀਂ ਹੈਗਾ। ਠੀਕ ਹੈ, ਤੋ ਕਿਹੜਾ ਪਾਸ ਹੈਗਾ ਜਿਹੜਾ ਹਾਈਐਸਟ ਐਲੀਵੇਸ਼ਨ ਦੇ ਉੱਤੇ ਹੈਗਾ, ਤਾਂ ਉਹ ਨਥੂਲਾ ਵਾਲਾ ਆਪਾਂ ਆਂਸਰ ਟਿਕ ਕਰਨਾ ਹੈਗਾ, ਸਹੀ ਵਾਲਾ। ਕਲੀਅਰ ਹੈ? ਨਹੀਂ ਨਹੀਂ ਰੋਹਤਾਂਗ ਪਾਸ ਇੱਦਾਂ ਦੇ ਕੋਈ ਨਹੀਂ ਹੈ। ਠੀਕ ਹੈ ਜੀ, ਆਪਾਂ ਮੈਂ ਤੁਹਾਨੂੰ ਕਿਹਾ ਨਾ ਸਾਰੀ ਚੀਜ਼ ਆਪਾਂ ਸਟੈਟਿਕ ਜੀ ਕੇ ਦੇਖਦੇ ਹਾਂ ਕਿਹਦੀ ਵਧੀਆ ਹੈਗੀ ਹੈ। ਵਿਚ ਆਫ ਦਾ ਫੋਲੋਇੰਗ, ਇਹ ਤਾਂ ਹੋ ਗਿਆ ਨਾ, ਦ ਟਰਮ ਬਾਇਕਆਊਟ ਆਫ ਬ੍ਰਿਟਿਸ਼ ਗੁੱਡਸ ਵਾਸ ਯੂਜ ਇਨ ਵਿਚ ਆਫ ਦਾ ਫੋਲੋਇੰਗ ਮੂਵਮੈਂਟਸ? ਇਹ ਤਾਂ ਬਹੁਤ ਈਜ਼ੀ ਹੈ ਨਾ, ਇਹਦਾ ਆਂਸਰ ਸਾਰੇ ਜਾਣੇ ਹੀ ਦੇਣਗੇ। ਨਹੀਂ ਨਹੀਂ ਤਬੀਅਤ ਠੀਕ ਹੈ, ਉਹ ਮੌਸਮ ਜਿੱਦਾਂ ਹੀ ਚੇਂਜ ਹੁੰਦਾ ਨਾ, ਦੁਬਾਰਾ ਤੋਂ ਸਰਦੀ ਆ ਗਈ ਹੈ ਤਾਂ ਇੱਦਾਂ ਹੋ ਜਾਂਦਾ। ਬ੍ਰਿਟਿਸ਼ ਵਸਤੂਆਂ ਦਾ ਬਾਇਕਾਟ ਸ਼ਬਦ ਹੇਠ ਲਿਖੇ ਵਿੱਚੋਂ ਕਿਸ ਅੰਦੋਲਨ ਵਿੱਚ ਵਰਤਿਆ ਗਿਆ? ਸੀਡੀਐਮ, ਓਕੇ, ਸੀਡੀਐਮ। ਸੀਡੀਐਮ ਆਊਗਾ, ਦ ਬਾਇਕਾਟ ਆਫ ਦ ਬ੍ਰਿਟਿਸ਼ ਗੁੱਡਸ, ਬਾਇਕਾਟ ਆਫ ਦ ਬ੍ਰਿਟਿਸ਼ ਗੁੱਡਸ। ਹਾਂ, ਕੁਇਟ ਇੰਡੀਆ ਮੂਵਮੈਂਟ, ਇਹ ਕਿਆ ਹੋ ਗਿਆ? ਸਵਦੇਸ਼ੀ ਵੀ ਆ ਰਿਹਾ, ਕੁਇਟ ਇੰਡੀਆ ਮੂਵਮੈਂਟ ਵੀ ਆ ਗਿਆ, ਸੀਡੀਐਮ ਵੀ ਆ ਗਿਆ। ਆਂਸਰ ਕੀ ਆਏਗਾ? ਸਵਦੇਸ਼ੀ ਮੂਵਮੈਂਟ, ਕਰੈਕਟ ਹੈ। ਓਕੇ, ਸਵਦੇਸ਼ੀ, ਬਿਲਕੁਲ ਜੀ, ਸਵਦੇਸ਼ੀ ਆਉਣਾ ਸੀਗਾ ਨਾ, ਕੀ ਹੋ ਗਿਆ, ਧਿਆਨ ਕਿੱਥੇ ਚੱਲਦਾ ਪਿਆ? ਸਟੈਟਿਕ ਜੀ ਕੇ ਡਿਊਰਿੰਗ ਦ ਵਰਲਡ ਵਾਰ ਸੈਕਿੰਡ ਵਿਚ ਅਮੰਗ ਦ ਫੋਲੋਇੰਗ ਵਾਸ ਨਾਟ ਅ ਮੇਜਰ ਐਕਸੈਸ ਪਾਵਰ? ਜਰਮਨੀ, ਜਪਾਨ, ਹੰਗਰੀ ਜਾਂ ਫਿਰ ਫਰਾਂਸ? ਬੜੇ ਧਿਆਨ ਨਾਲ ਕੁਸ਼ਚਨ ਨੂੰ ਸੁਣਨਾ, ਪਹਿਲੇ ਵੀ ਕੀਤੇ ਹੋਏ ਕੁਸ਼ਚਨ ਹੈਗੇ ਹੈ, ਲੇਕਿਨ ਰਿਵੀਜ਼ਨ ਜ਼ਰੂਰੀ ਹੈ। ਜਿਨ੍ਹਾਂ ਨੇ ਲਾਈਕ ਨਹੀਂ ਕਰਿਆ ਵੀਡੀਓ ਨੂੰ, ਇੱਕ ਵਾਰੀ ਲਾਈਕ ਵੀ ਕਰ ਦਿਓ ਵੀਡੀਓ ਨੂੰ। ਡਿਊਰਿੰਗ ਦ ਵਰਲਡ ਵਾਰ ਸੈਕਿੰਡ ਵਿਚ ਅਮੰਗ ਦ ਫੋਲੋਇੰਗ ਵਾਸ ਨਾਟ ਅ ਮੇਜਰ ਐਕਸੈਸ ਪਾਵਰ? ਜਰਮਨੀ, ਜਪਾਨ, ਹੰਗਰੀ ਜਾਂ ਫਿਰ ਫਰਾਂਸ? ਇਹਨਾਂ ਚੋਂ ਕਿਹੜੀ ਨਹੀਂ ਹੈ ਜੀ? ਨਹੀਂ ਹੈ ਮੇਜਰ ਐਕਸੈਸ ਪਾਵਰ, ਹੰਗਰੀ। ਦੇਖੋ ਕੋਨਫੀਡੈਂਸ ਨਾ ਲੂਜ਼ ਕਰੀਓ, ਕਿਉਂਕਿ ਜਿੰਨੇ ਵੀ ਸਵਾਲ ਕੀਤੇ ਕਾਫੀ ਤੁਹਾਡੇ ਲੋਕਾਂ ਦੇ ਸਵਾਲ ਗਲਤ ਹੋ ਗਏ। ਕੋਨਫੀਡੈਂਸ ਬਿਲਕੁਲ ਨਹੀਂ ਲੂਜ਼ ਕਰਨਾ, ਇਹ ਚੀਜ਼ਾਂ ਆਪਾਂ ਸਮਝਣ ਆਉਂਦੇ ਹਾਂ।
ਸਟੈਟਿਕ ਜੀ ਕੀ ਹੈ, ਬੰਦਾ ਭੁੱਲ ਜਾਂਦਾ ਹੈ, ਇਹੀ ਕਰਕੇ ਤਾਂ ਆਪਾਂ ਰਿਵਾਈਜ਼ ਕਰਦੇ ਪਏ ਹਾਂ, ਹੰਗਰੀ 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 ਨਹੀਂ, ਹੰਗਰੀ ਨਹੀਂ ਹੈ, ਫਰਾਂਸ ਹੈ ਜੀ। ਤਾਂ ਹੀ ਮੈਂ ਕਿਹਾ ਕਿ ਬਈ ਕੁਐਸਚਨਾਂ ਨੂੰ ਰਿਵਾਈਜ਼ ਕਰੋ, ਫਰਾਂਸ ਹੈਗਾ ਇਹਦਾ ਆਂਸਰ ਕਰੈਕਟ ਵਾਲਾ। ਇਹਨਾਂ 'ਚੋਂ ਵਰਲਡ ਵਾਰ ਸੈਕਿੰਡ ਦੇ ਟਾਈਮ ਦੇ ਉੱਤੇ ਜਿਹੜੀ ਨਹੀਂ ਸੀਗੀ ਮੇਜਰ ਐਕਸਿਸ ਪਾਵਰ, ਉਹ ਫਰਾਂਸ ਨਹੀਂ ਸੀਗੀ। ਅਗਲਾ ਪੜ੍ਹਦੇ ਹਾਂ ਜੀ, ਵਿਚ ਅਮੰਗ ਦ ਫੋਲੋਇੰਗ ਇਜ਼ ਦ ਫਸਟ ਵੂਮੈਨ ਯੂਨੀਵਰਸਿਟੀ ਇਨ ਇੰਡੀਆ ਐਂਡ ਸਾਊਥ ਏਸ਼ੀਆ। ਸੈਸ਼ਨ ਨੂੰ ਕਰ ਦੇ ਓਕੇ, ਕੋਈ ਨਾ ਕੋਈ ਨਾ, ਤੁਸੀਂ ਲੋਕ ਚਾਹੇ ਗੂਗਲ। ਮੈਂ ਕਿਹਾ ਨਾ ਸਟੈਟਿਕ ਜੀ ਕੀ ਹੈ, ਚੀਜ਼ਾਂ ਇੱਦਾਂ ਆ ਜਾਂਦੀ ਹੈ ਤਾਂ ਔਖਾ ਹੋ ਜਾਂਦਾ, ਤਾਂ ਹੀ ਤਾਂ ਇਹ ਕੁਐਸਚਨ ਲੈ ਕੇ ਆਇਆ ਮੈਂ। ਆਹ ਦੱਸੋ ਜ਼ਰਾ ਬਈ, ਵਿਚ ਅਮੰਗ ਦ ਫੋਲੋਇੰਗ ਇਜ਼ ਦ ਫਸਟ ਵੂਮੈਨ ਯੂਨੀਵਰਸਿਟੀ ਇਨ ਇੰਡੀਆ ਐਂਡ ਸਾਊਥ ਏਸ਼ੀਆ। ਜਦੋਂ ਹੀ ਆਪਾਂ ਕੋਨਫੀਡੈਂਸ ਆਪਣਾ ਉਹ ਕਰਦਾ ਗਏ ਨਾ ਕਿ ਬਈ ਨਹੀਂ ਯਾਰ ਸਰ ਔਖੇ ਕੁਐਸਚਨ ਆ ਗਏ, ਸਾਨੂੰ ਰਿਵਾਈਜ਼ ਹੀ ਨਹੀਂ ਹੈਗੀ, ਅਰੇ ਰਿਵੀਜ਼ਨ ਦੇ ਲਈ ਹੀ ਲੈ ਕੇ ਆਇਆ। ਵੀਡੀਓ ਨੂੰ ਐਂਡ ਤੱਕ ਸੁਣੋ, ਲਾਸਟ ਸੈਕਿੰਡ ਕੁਐਸਚਨ ਤੁਹਾਡੇ ਲਈ ਮਤਲਬ ਦੇ ਹੈਗੇ ਆ SNDT ਓਕੇ SNDT। ਤੋ SNDT ਯੂਨੀਵਰਸਿਟੀ ਬਿਲਕੁਲ ਕਰੈਕਟ ਹੈਗਾ, ਇਹ ਪਹਿਲੀ ਵੂਮੈਨ ਯੂਨੀਵਰਸਿਟੀ ਸੀਗੀ ਇੰਡੀਆ ਦੇ ਵਿੱਚ ਐਂਡ ਸਾਊਥ ਏਸ਼ੀਆ ਦੇ ਵਿੱਚ, SNDT ਕਰੈਕਟ। ਹੂ ਫਾਊਂਡਡ ਇੰਡੀਆ ਪਾਰਟੀ ਬੋਲਸ਼ਵਿਕ ਇਨ 1939 ਐਟ ਕਲਕੱਤਾ, ਕਲਕੱਤਾ ਦੇ ਵਿੱਚ ਕਿਹਨਾਂ ਵੱਲੋਂ ਆ ਪਾਰਟੀ ਫਾਊਂਡ ਕਰੀ ਗਈ ਸੀਗੀ? ਮਜਬੂਦਾਰ ਰਾਏ, ਦਾਸ ਜਾਂ ਫਿਰ ਅਜੀਤ ਰਾਏ? ਓਕੇ ਜੀ, ਹੂ ਫਾਊਂਡਡ ਜੀ, ਹੂ ਫਾਊਂਡਡ ਬੋਲਸ਼ਵਿਕ ਪਾਰਟੀ ਐਟ ਕਲਕੱਤਾ। ਹੁਣ ਇਹ ਪਾਰਟੀ ਥੋੜੀ ਡਿਫਰੈਂਟ ਹੈਗੀ ਨਾ, ਇਸੇ ਕਰਕੇ ਲਿਆਇਆ ਗਿਆ ਕੁਐਸਚਨ। ਕਲਾਸ ਨੂੰ ਲਾਈਕ ਕਰ ਦਿਓ ਯਾਰ, ਲਾਈਕ ਦਾ ਬਟਨ ਤੁਹਾਡੇ ਦਿਖਦਾ ਪਿਆ ਸਕਰੀਨ ਦੇ ਉੱਤੇ, ਹਾਂ ਸਕਰੀਨ ਦੇ ਉੱਤੇ ਦਿਖ ਹੀ ਰਿਹਾ ਹੋਏਗਾ। ਚੈਟ ਨੂੰ ਅਗਰ ਜੇ ਆਪਾਂ ਥੋੜ੍ਹਾ ਜਿਹਾ ਬੈਕ ਕਰ ਲਈਏ, ਚੈਟ ਨੂੰ ਅਗਰ ਜੇ ਆਪਾਂ ਕ੍ਰੋਸ ਕਰ ਦਈਏ, ਅਤੇ ਉਸ ਤੋਂ ਬਾਅਦ ਤੁਹਾਨੂੰ ਦਿਖ ਜੂਗਾ ਨਾ ਚੈਟ ਉੱਤੇ ਲਾਈਕ ਦਾ ਬਟਨ। ਓਕੇ ਜੀ, ਤੋਂ ਆਪਣਾ ਆਂਸਰ ਕਿਹੜਾ ਆ ਰਿਹਾ? MN ਰਾਏ। ਓਕੇ, ਤੋਂ ਇਹਦਾ ਆਂਸਰ ਜਿਹੜਾ ਹੈਗਾ ਉਹ ਮਜਬੂਦਾਰ ਹੈ, ਮਜਬੂਦਾਰ ਹੈ ਜੀ। ਠੀਕ ਹੈ, ਕੋਈ ਨਾ, ਘਬਰਾਓ ਨਾ, ਬਿਲਕੁਲ ਨਹੀਂ ਘਬਰਾਉਣਾ, ਪੜ੍ਹ ਕੇ ਜਾਣਾ ਹੈਗਾ, ਸਮਝ ਕੇ ਜਾਣਾ ਹੈਗੇ, ਸਾਰੀ ਚੀਜ਼ਾਂ ਯਾਦ ਰੱਖਾਂਗੇ ਆਪਾਂ। ਦ ਫਸਟ ਚੇਅਰਪਰਸਨ ਆਫ ਦ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਾਜ਼, ਐਨਜੀਟੀ ਦੇ ਪਹਿਲੇ ਚੇਅਰਮੈਨ ਕੌਣ ਸੀ? ਜਸਟਿਸ AS ਨਾਇਡੂ, ਜਸਟਿਸ ਲੋਕੇਸ਼ਵਰ ਸਿੰਘ, ਕੌਣ ਆਏਗਾ ਜੀ? ਓਕੇ, ਤੋ ਕਿਆ ਆ ਰਿਹਾ ਇਹਦਾ? ਜਸਟਿਸ AS ਨਾਇਡੂ, ਮਾਰਕੰਡੇ ਜਾਂ ਫਿਰ AK ਗਾਂਗੁਲੀ, ਲੋਕੇਸ਼ਵਰ ਸਿੰਘ, ਹਾਂ ਡਰ ਕੇ ਆ ਗਏ ਹੀ ਸਿਲੈਕਸ਼ਨ ਹੈ, ਹਾਲੇ ਹੀ ਡਰ ਜਾਓਗੇ ਤਾਂ ਕਿੱਦਾਂ ਬਣੋਗੇ ਅਫਸਰ? ਦ ਫਸਟ ਚੇਅਰਪਰਸਨ ਆਫ ਦੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਾਜ਼। ਇਹ ਤਾਂ ਪਹਿਲੇ ਵੀ, ਜਦੋਂ ਮੈਂ ਤੁਹਾਡੇ ਤੋਂ ਇਹ ਪਹਿਲੇ ਵੀ ਕੁਐਸਚਨ ਪੁੱਛੇ ਹੋਏ ਆ, ਤਾਂ ਤੁਹਾਡੇ ਲੋਕਾਂ ਦੇ ਆਂਸਰ ਆਏ ਸੀਗੇ, ਪਤਾ ਨਹੀਂ ਅੱਜ ਕਿਉਂ ਨਹੀਂ ਆਏ। ਓਕੇ, ਤੋ ਇਹਦਾ ਆਂਸਰ ਜਿਹੜਾ ਆਊਗਾ ਕਰੈਕਟ ਵਾਲਾ ਉਹ ਆ ਜਾਏਗਾ LC, ਮਤਲਬ ਜਸਟਿਸ ਲੋਕੇਸ਼ਵਰ ਸਿੰਘ। ਠੀਕ ਹੈ, ਜਸਟਿਸ ਲੋਕੇਸ਼ਵਰ ਸਿੰਘ, ਹਾਂਜੀ ਹਿਮਾਂਸ਼ੂ ਜੀ। ਅਗਲਾ ਪੜ੍ਹਦੇ ਹਾਂ, ਵਿਚ ਆਫ ਦ ਫੋਲੋਇੰਗ ਨਿਊਜ਼ ਪੇਪਰ ਸਟਾਰਟਡ ਬਾਏ ਮੋਤੀ ਲਾਲ ਨਹਿਰੂ? ਬਈ ਮੋਤੀ ਲਾਲ ਨਹਿਰੂ ਜੀ ਵੱਲੋਂ ਕਿਹੜਾ ਨਿਊਜ਼ ਪੇਪਰ ਸਟਾਰਟ ਕਰਿਆ ਗਿਆ ਸੀਗਾ? ਸੈਸ਼ਨ ਨੂੰ ਕਰੋ, ਸ਼ੇਅਰ ਕਰੋ, ਇੰਨੇ ਜ਼ਿਆਦਾ ਕੁਐਸਚਨ ਸਾਨੂੰ ਦੇ ਦੇਣੇ ਅੱਜ। ਵਿਚ ਆਫ ਦ ਫੋਲੋਇੰਗ ਨਿਊਜ਼ ਪੇਪਰ ਸਟਾਰਟਡ ਬਾਏ ਮੋਤੀ ਲਾਲ ਨਹਿਰੂ? ਤੋ ਬੀ ਪਾਰਟ ਯੰਗ ਇੰਡੀਆ। ਤੋ ਇਹਦਾ ਆਂਸਰ ਆਏਗਾ, ਇਹਦਾ ਆਂਸਰ ਕੀ ਆ ਰਿਹਾ ਦੇਖੋ ਜ਼ਰਾ, ਬੀ ਪਾਰਟ ਮੋਤੀ ਲਾਲ ਨਹਿਰੂ ਹੈ। ਤੋ ਆਪਣਾ ਆਂਸਰ ਆਏਗਾ ਇੰਡੀਪੈਂਡੈਂਟ। ਘਬਰਾਉਣਾ ਨਹੀਂ ਹੈ, ਘਬਰਾਉਣਾ ਨਹੀਂ ਹੈ ਨਾ,
हिम्मत रखो आज ऐप की, ये सारी चीजें लिख लिख। अगला पढ़ दिया, क्विट इंडिया रेवोल्यूशन वॉज डिक्लेयर्ड बाय द इंडियन नेशनल कांग्रेस आफ्टर द फेलियर ऑफ क्विट इंडिया रेवोल्यूशन। बताओ जी, क्विट इंडिया रेवोल्यूशन जिहड़ी सी डिक्लेयर्ड बाय द इंडियन नेशनल कांग्रेस आफ्टर द फेलियर ऑफ व्हाट। तो फिर आप की कह रहे हैं, बी 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 बी, जल सानू पता आ गया। देखो जल्दबाजी दे विच जदों आंसर देंदे आ ना, ओह ऐसी चीजां होंदियां होंदी है जल्दबाजी दे विच, यार ए ऑप्शन इधर हैगी है, पढ़ी तो हुई है, अपना आंसर आया होगा, थोड़ा क्वेश्चन भी पढ़ लिया करो कि क्वेश्चन दे विच की कहा गया सीगा। ओके क्रिस्प क्रिस्प क्रिस्प, एग्जैक्टली जी क्रिस्प मिशन करेक्ट आंसर है। अगला पढ़ दिया, इन विच ऑफ द फॉलोइंग सिटीज इन 1857 अ मेजर रेबेलियन अगेंस्ट द ब्रिटिश बिगन, मैंगलोर कलकत्ता मेरठ या फिर बॉम्बे। ए भी सब तो ज्यादा इजी क्वेश्चन बता सकते हो, पोस्ट डेटेड चेक, एग्जैक्टली जी क्रिस्प मिशन 1942। In which of the following cities 1857 ਦੀ ਕ੍ਰਾਂਤੀ ਜਿਹੜੀ ਸੀਗੀ ਜਿਹ ਚ ਬਹੁਤ ਜ਼ਿਆਦਾ ਰੈਬੈਲੀਅਨ ਸੀਗੇ ਬ੍ਰਿਟਿਸ਼ਰ ਦੇ ਖਿਲਾਫ ਲੜੇ ਸੀਗੇ, ਕਿਹੜੀ ਜਗ੍ਹਾ ਆਊਗੀ ਜੀ? ਐਗਜੈਕਟਲੀ ਮੇਰਠ। ਓਕੇ ਤੋ ਕਰੈਕਟ ਆ ਜੀ ਮੇਰਠ। ਅਗਲਾ ਪੜ ਦਿਆ, ਦ ਨਾਰਦਰਨ ਮੋਸਟ ਪੁਆਇੰਟ ਆਫ ਇੰਡੀਆ ਇਜ਼ ਨੋਨ ਐਜ਼। ਭਾਰਤ ਦੇ ਉੱਤਰੀ ਬਿੰਦੂ ਨੂੰ ਇਸ ਤਰ੍ਹਾਂ ਜਾਣਿਆ ਜਾਂਦਾ ਹੈ ਕਿਹੜੇ ਨਾਮ ਨਾਲ? ਭਾਰਤ ਦਾ ਸਭ ਤੋਂ ਉੱਤਰੀ ਪੁਆਇੰਟ ਜਿਹੜਾ ਹੈਗਾ ਉਹ ਕਿਹੜਾ ਹੈਗਾ? ਦਰਅਸਲ ਦ ਨਾਰਥ ਮੋਸਟ ਪੁਆਇੰਟ ਆਫ ਇੰਡੀਆ ਇਜ਼ ਨੋਨ ਐਜ਼। ਇੰਦਰਾ ਹਾਈਟ, ਇੰਦਰਾ ਕੋਲ, ਇੰਦਰਾ ਪੁਆਇੰਟ ਜਾਂ ਫਿਰ ਨਨ ਆਫ ਦ ਅਬਵ। ਦੇਖੋ ਇੰਦਰਾ 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 ਵਰਡ ਸਾਰੇ ਜਗ੍ਹਾ ਤੁਹਾਨੂੰ ਪਤਾ, ਸਾਊਦਰਨ ਮੋਸਟ ਜਗ੍ਹਾ ਤੇ ਵੀ ਇੰਦਰਾ ਵਾਲਾ ਵਰਡ ਯੂਜ਼ ਹੁੰਦਾ ਹੈ, ਲੇਕਿਨ ਆਹ ਆਪਾਂ ਦੱਸਣਾ ਹੈਗਾ ਕਿ ਇਹਦਾ ਕੀ ਆਊਗਾ। ਕੋਈ ਨਹੀਂ, ਅੱਗੇ ਹਲਵੇ ਨਾਲ ਤੁਹਾਨੂੰ ਪੂੜੀਆਂ ਛੋਲੇ ਸਾਰੀ ਚੀਜ਼ਾਂ ਮਿਲਣਗੀਆਂ ਕੁਸ਼ਚਨਾਂ ਦੇ ਵਿੱਚ। ਦੱਸੋ ਜੀ, ਤੋ ਇੰਦਰਾ, ਓਕੇ ਇੰਦਰਾ ਕੋਲ, ਬੀ 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 ਬੀ, ਬਿਲਕੁਲ ਜੀ ਇੰਦਰਾ ਕੋਲ ਜਿਹੜਾ ਆ ਜਾਏਗਾ ਉਹ ਐਗਜੈਕਟਲੀ ਨਾਰਦਰਨ ਮੋਸਟ ਪੁਆਇੰਟ ਆਫ ਇੰਡੀਆ ਆ ਜਾਏਗਾ ਜੀ। ਓਕੇ ਅਗਲਾ ਪੜ੍ਹਦੇ ਹਾਂ, ਵਿਚ ਆਫ ਦ ਫੋਲੋਇੰਗ ਇਜ਼ ਅ ਫੇਮਸ ਤਬਲਾ ਪਲੇਅਰ। ਇਹ ਵੀ ਆਪਾਂ ਹਲਵਾ ਕੁਸ਼ਚਨ ਕਹਿ ਸਕਦੇ ਹਾਂ ਕਿ ਹਲਵਾ ਕੁਸ਼ਚਨ ਹੈਗਾ। ਹੇਠ ਲਿਖਿਆ ਵਿੱਚੋਂ ਇੱਕ ਮਸ਼ਹੂਰ ਤਬਲਾ ਵਾਦਕ ਕੌਣ ਹੈ? ਜ਼ਾਕਿਰ, ਪੰਡਿਤ, ਪਲਗਟ ਜਾਂ ਫਿਰ ਵਿਕੂ। ਨਹੀਂ ਬਫਰ ਤਾਂ ਨਹੀਂ ਹੋ ਰਿਹਾ, ਵੀਡੀਓ ਸਹੀ ਚੱਲ ਰਹੀ ਹੈ? ਜ਼ਾਕਿਰ ਜ਼ਾਕਿਰ, ਓਕੇ ਅਰੇ ਨਹੀਂ ਪੰਡਿਤ ਵਿਜੇ ਨਹੀਂ, ਵਿਜੇ ਜੋ ਕਿਤੋਂ ਆ ਜਾਊਗਾ? ਸਭ ਵੀਡੀਓ ਸਹੀ ਚੱਲ ਰਹੀ ਹੈ, ਜ਼ਾਕਿਰ ਤਬਲਾ ਪਲੇਅਰ। ਅਰੇ ਤਬਲੇ ਵਾਲਾ ਕਿੰਨੀ ਵਾਰੀ ਸੁਣਦੇ ਆਪਾਂ, ਜ਼ਾਕਿਰ ਹੁਸੈਨ ਆਪਣਾ ਆਂਸਰ ਆ ਜਾਏਗਾ। ਦ ਮੋਸਟ ਇੰਪੋਰਟੈਂਟ ਗੈਸ ਵਿਚ ਲੀਡਸ ਟੂ ਐਸਿਡ ਰੇਨ ਇਨ ਸਲਫਰ ਡਾਈਆਕਸਾਈਡ, ਵਿਚ ਆਫ ਦ ਫੋਲੋਇੰਗ ਇਜ਼ ਦ ਮੇਨ ਸੋਰਸ ਆਫ ਦ ਐਮਿਸ਼ਨ ਆਫ ਸਲਫਰ ਡਾਈਆਕਸਾਈਡ। ਬਈ ਜਿਹੜੀ ਸਭ ਤੋਂ ਜ਼ਿਆਦਾ ਸਲਫਰ ਡਾਈਆਕਸਾਈਡ ਨਿਕਲਦੀ ਹੈਗੀ ਹੈ ਉਹ ਦਰਅਸਲ ਕਿੱਧਰੋਂ ਨਿਕਲਦੀ ਹੈਗੀ ਹੈ? ਪਾਵਰ ਸਟੇਸ਼ਨ, ਵਹੀਕਲ, ਵੋਲਕੈਨੋਸ ਜਾਂ ਫਿਰ ਫੋਰੈਸਟ ਫਾਇਰ, ਕਿੱਧਰੋਂ ਨਿਕਲਦੀ ਹੈ ਜੀ? ਬਤਰੇ ਦੇ ਹੋ ਗਏ, ਬਤਰਾ ਹੈਗਾ ਤਾਂ ਦੱਸੋ ਜੀ, ਦ ਮੋਸਟ ਇੰਪੋਰਟੈਂਟ ਗੈਸ ਵਿਚ ਲੈਟ ਟੂ ਐਸਿਡ ਰੇਨ ਐਜ਼ ਦ ਸਲਫਰ ਡਾਈਆਕਸਾਈਡ। ਸਭ ਤੋਂ ਜ਼ਿਆਦਾ ਜਿਹੜੀ ਹੈਗੀ ਹੈ ਗੈਸ ਨਿਕਲਦੀ ਹੈਗੀ ਹੈ ਜਾਂ ਐਸਿਡ ਰੇਨ ਦੇ ਕਰਕੇ ਹੁੰਦੀ ਹੈ ਉਹ ਸਲਫਰ ਡਾਈਆਕਸਾਈਡ ਹੁੰਦੀ ਹੈ, ਲੇਕਿਨ ਉਹ ਸਭ ਤੋਂ ਜ਼ਿਆਦਾ ਨਿਕਲਦੀ ਕਿੱਧਰੋਂ ਹੈ? ਉਹ ਨਿਕਲਦੀ ਹੈ ਪਾਵਰ ਸਟੇਸ਼ਨ ਤੋਂ, ਵਹੀਕਲ ਤੋਂ, ਵੋਲਕੈਨੋ ਜਾਂ ਫਿਰ ਫੋਰੈਸਟ ਫਾਇਰ। ਇਹ 'ਚ ਵੀ ਡਾਊਟ ਹੋ ਸਕਦਾ ਹੈ ਨਾ, ਤਾਂ ਕੁਛ ਵੀ ਤੁਸੀਂ ਗੈਸ ਲਗਾਉਣਾ ਚਾਹੋ ਤੁਸੀਂ ਕੁਛ ਵੀ ਗੈਸ ਲਗਾ ਸਕਦੇ ਹੋ। ਵਹੀਕਲ ਤੋਂ ਨਿਕਲਦੀ ਹੋਏਗੀ ਵੋਲਕੈਨੋ, ਦੇਖੋ ਵਹੀਕਲ ਤੋਂ ਵੀ ਨਿਕਲਦੀ ਹੈ, ਸਭ ਤੋਂ ਜ਼ਿਆਦਾ ਪੁੱਛਿਆ ਗਿਆ। ਤੁਸੀਂ ਇੱਕ ਐਗਜ਼ਾਮਪਲ ਨਹੀਂ ਲੈ ਸਕਦੇ ਹੈਗੇ, ਇੱਕ ਐਗਜ਼ਾਮਪਲ ਲੈ ਕੇ ਨਹੀਂ ਚੱਲਣਾ ਹੈਗਾ, ਇਹਦਾ ਜਿਹੜਾ ਆਂਸਰ ਆਏਗਾ ਉਹ ਪਾਵਰ ਸਟੇਸ਼ਨ ਆ ਜਾਏਗਾ, ਪਾਵਰ ਸਟੇਸ਼ਨ। ਠੀਕ ਹੈ ਜੀ, ਅਗਲਾ ਕੁਸ਼ਚਨ ਪੜ੍ਹਦੇ ਹਾਂ। ਵਿਚ ਅਮੰਗ ਦ ਫੋਲੋਇੰਗ ਪੀਕ ਇਜ਼ ਨੋਨ ਐਜ਼ ਦ ਫਾਈਵ ਟ੍ਰੈਜਰ ਆਫ ਗ੍ਰੇਟ ਸਨੋ, ਇੱਕ ਇੰਪੋਰਟੈਂਟ ਕੁਸ਼ਚਨ ਸਟੈਟਿਕ ਜੀਕੇ ਦਾ।
ਜਿਹੜੀ ਜੇ ਤਾਂ ਏਦਾਂ ਸੋਚਾਂਗੇ ਮੈਂਟਲ ਐਬਿਲਿਟੀ ਆਪਣੀ ਇੱਥੇ ਲਗਾਵਾਂਗੇ ਕਿ ਯਾਰ ਆਗਰੇ ਦੇ ਵਿੱਚ ਹੋ ਸਕਦੀ ਹੈ ਕਿਉਂਕਿ ਆਗਰੇ ਦੇ ਕੋਲ ਉਹਨਾਂ ਨੇ ਸਾਰਾ ਇਲੈਕਟ੍ਰਿਕ ਵਾਲਾ ਕਰਤਾ ਹੈ, ਸ਼ਾਇਦ ਉਹ ਐਸੀ ਕਰਕੇ ਕੀਤਾ ਹੋਏਗਾ ਕਿ ਵੀ ਵਹੀਕਲਸ ਬਹੁਤ ਜ਼ਿਆਦਾ ਪੋਲਿਊਟ ਕਰਦੀ ਹੋਗੀ। ਲੇਕਿਨ ਉਹਨੇ ਪੁੱਛਿਆ ਇਕੱਲੀ ਇੱਕ ਐਗਜ਼ਾਮਪਲ ਨਹੀਂ ਲੈਣੀ, ਐਸੀ ਟ੍ਰੇਨ ਦਾ ਮੇਨ ਕਾਰਨ ਪਾਵਰ ਸਟੇਸ਼ਨ ਹੁੰਦਾ। ਅਗਲਾ ਪੜ੍ਹਦੇ ਹਾਂ ਨਾ, ਵਿਚ ਅਮੰਗ ਦ ਫੋਲੋਇੰਗ ਪੀਕ ਇਜ਼ ਨੋਨ ਐਜ਼ ਦ ਫਾਈਵ ਟ੍ਰੈਜਰ ਆਫ ਅ ਗ੍ਰੇਟ ਸਨੋ। ਧੌਲਾਗਿਰੀ, ਕੰਚਨਜੰਗਾ, ਗੋਡਮੇਨ ਅਸਟੇਨ ਜਾਂ ਫਿਰ ਲੋਸਟੇ। ਬੀ ਪਾਰਟ ਨਹੀਂ, ਕੰਚਨਜੰਗਾ ਦ ਫਾਈਵ ਟ੍ਰੈਜਰ ਆਫ ਗ੍ਰੇਟ ਸਨੋ, ਕੰਚਨਜੰਗਾ। ਬਤਰਾ ਜੀ ਦਾ ਆਂਸਰ ਆਇਆ ਸਿਰਫ। ਕਿੱਦਾਂ ਚੱਲ ਰਹੀ ਹੈ ਸਟ੍ਰੈਟੇਜੀ, ਕਿ ਬੜੀ ਗਲਤ ਚੱਲ ਰਹੀ ਹੈ ਲੱਗਦਾ ਜੋ ਚੱਲ ਰਹੀ ਹੈ। ਅਗਲਾ ਪੜ੍ਹਦੇ ਹਾਂ, ਵਿਚ ਪਾਰਟ ਆਫ ਦ ਇੰਡੀਅਨ ਕੋਨਸਟੀਟਿਊਸ਼ਨ ਡੀਲਸ ਵਿਦ ਇਟਸ ਅਮੈਂਡਮੈਂਟ, ਇਹ ਬਤਾਓ ਜੀ। ਕੱਲ੍ਹ ਦੀ ਪੋਲੀਟੀ ਦੀ ਕਲਾਸ ਦੇ ਵਿੱਚ ਵੀ ਆਪਾਂ ਕਰਿਆ ਸੀਗਾ ਅਗਲਾ ਕੁਸ਼ਚਨ। ਭਾਰਤੀ ਸੰਵਿਧਾਨ ਦਾ ਕਿਹੜਾ ਹਿੱਸਾ ਇਸ ਦੀ ਸੋਧ ਨਾਲ ਸੰਬੰਧਿਤ ਹੈ? ਪਾਰਟ 20, ਪਾਰਟ 8, ਪਾਰਟ 13 ਜਾਂ ਫਿਰ ਪਾਰਟ 19। ਪਾਰਟ 50th ਹੈ, 50ਵਾਂ ਪਾਰਟ, 50 ਪਾਰਟ ਹੁੰਦੇ ਆ, ਅੱਛਾ 20th। ਓਕੇ, ਤੋ ਯੈਸ ਜੀ, ਕੰਸਟੀਟਿਊਸ਼ਨ ਦਾ ਅਮੈਂਡਮੈਂਟ ਜਿਹੜਾ ਆਰਟੀਕਲ ਹੈਗਾ 368 ਵਾਲਾ ਜਿਹੜਾ ਆਰਟੀਕਲ ਹੈਗਾ ਉਹ 20ਵੇਂ ਪਾਰਟ ਦੇ ਵਿੱਚ ਪ੍ਰੈਜੈਂਟ ਹੈਗਾ ਔਰ ਇਕਲੌਤਾ ਆਰਟੀਕਲ ਹੈਗਾ ਉਸ ਪਾਰਟ ਦੇ ਵਿੱਚ। ਅਗਲਾ, ਵਿਚ ਅਮੈਂਡਮੈਂਟ ਹੈਜ਼ ਪ੍ਰੋਵੀਜ਼ਨ ਫੋਰ ਦ ਰਿਜ਼ਰਵੇਸ਼ਨ ਆਫ ਅਪ ਟੂ 10% ਆਫ ਸੀਟਸ ਫੋਰ ਇਕਨੋਮਿਕਲੀ ਵੀਕਰ ਸੈਕਸ਼ਨ ਆਫ ਸਿਟੀਜ਼ਨ। ਬਹੁਤ ਹੀ ਈਜ਼ੀ ਕੁਸ਼ਚਨ ਹੈ, ਇਹ ਦੱਸੋ ਜੀ 100, 101, 102 ਜਾਂ ਫਿਰ 103 ਲੇਟੈਸਟ ਹੈ ਜੀ, ਆ ਲੇਟੈਸਟ। ਵਿਚ ਪਾਰਟ ਆਫ ਨਹੀਂ, ਵਿਚ ਅਮੈਂਡਮੈਂਟ ਹੈਜ਼ ਪ੍ਰੋਵੀਜ਼ਨ, ਵਿਚ ਅਮੈਂਡਮੈਂਟ ਹੈਜ਼ ਅ ਪ੍ਰੋਵੀਜ਼ਨ ਫੋਰ ਦ ਰਿਜ਼ਰਵੇਸ਼ਨ ਆਫ ਅਪ ਟੂ 10% ਆਫ ਸੀਟਸ। 103, 101 ਤਾਂ GST ਦੀ ਸੀਗੀ। ਕਿੱਥੇ ਧਿਆਨ ਤੁਹਾਡਾ ਅੱਜ, ਅੱਜ ਧਿਆਨ ਕਿਤੇ ਹੋਰ ਹੀ ਹੈ ਲੱਗਦਾ, ਅੱਜ ਕੋਈ ਹੈ। ਹਾਂ, 101 ਤਾਂ GST ਦੀ ਹੈ, ਉਹੀ ਤਾਂ। ਤਾਂ 103 ਆ ਜਾਏਗਾ ਜਿਹੜੀ EWS ਨਾਲ ਰਿਲੇਟ ਕਰਦੀ ਹੈ, ਜਿਸ 10% ਦਾ ਰਿਜ਼ਰਵੇਸ਼ਨ ਕੋਟਾ ਰੱਖ ਦਿੱਤਾ ਗਿਆ। ਵਿਚ ਅਮੰਗ ਦ ਫੋਲੋਇੰਗ ਇਜ਼ ਅ ਰਿਵਰਾਈਨ ਪੋਰਟ, ਇਹਨਾਂ ਚੋਂ ਕਿਹੜਾ ਹੈਗਾ ਜਿਹੜਾ ਰਿਵਰਾਈਨ ਪੋਰਟ ਹੈਗਾ? ਹੇਠ ਲਿਖਿਆ ਵਿੱਚੋਂ ਇੱਕ ਨਦੀ ਬੰਦਰਗਾਹ ਹੈ, ਅੰਦਰੂਨੀ ਨਦੀ, ਮਤਲਬ ਅੰਦਰੂਨੀ ਨਦੀ ਵਾਲਾ, ਠੀਕ ਹੈ ਨਾ। ਤੋ ਚੇਨਈ, ਕਾਂਡਲਾ, ਕਲਕੱਤਾ ਜਾਂ ਫਿਰ ਟੁੱਟੀਕੋਰਿਨ, ਕਿਹੜਾ ਹੋਏਗਾ ਜੀ? ਮੈਂ ਇੱਥੇ ਖੜ ਜਾਣਾ, ਠੀਕ ਹੈ, ਮੈਂ ਇੱਥੇ ਖੜਾ ਹੋ ਜਾਣਾ, ਅੱਗੇ ਨਹੀਂ ਆਉਂਦੇ ਹੁਣ, ਇੱਧਰੋਂ ਹੀ ਪੜਾਂਗੇ। ਕਾਂਡਲਾ, ਕਾਂਡਲਾ, ਅੱਛਾ ਉਹ ਮਾਂਡਲਾ ਸੀਗਾ ਨਾ, ਅਗਨੀਪਥ ਵਾਲਾ ਮਾਂਡਲਾ ਸੀਗਾ, ਸ਼ਾਇਦ ਨਹੀਂ ਹੈ। ਮੁਹੰਮਦ ਜੀ, ਕਾਂਡਲਾ ਗੁਜਰਾਤ। ਓਕੇ, ਤੋ ਆਪਣਾ ਆਂਸਰ ਆ ਜਾਏਗਾ ਕਲਕੱਤਾ, ਕੋਲਕਾਤਾ ਆਂਸਰ ਹੈ ਜੀ, ਕਰੈਕਟ, ਕਾਂਡਲਾ ਨਹੀਂ ਹੈ। ਅਗਲਾ ਪੜ੍ਹਦੇ ਹਾਂ, ਨਹੀਂ ਨਹੀਂ, ਮੌਸਾ ਜੀ ਨੇ ਸਹੀ ਪੁੱਛਿਆ, ਸਹੀ ਕੁਸ਼ਚਨ ਹੈ ਉਹਨਾਂ ਦਾ। ਅਗਲਾ ਪੜ੍ਹਦੇ ਹਾਂ ਜੀ, ਵਿਚ ਅਮੰਗ ਦ ਫੋਲੋਇੰਗ ਰਿਵਰ ਰਾਈਜ਼ਿਸ ਫਰੋਮ ਦ ਮਿਲਿਮ ਗਲੇਸ਼ੀਅਰ ਇਨ ਕਮਾਓ ਹਿਮਾਲਿਆ। ਇਹ ਬਤਾ ਦੋ ਆਂਸਰ, ਆਏ ਨੀ, ਕੀ ਹੋ ਗਿਆ?
ਆ ਦੇਖੋ ਕਿਹੜੀ ਹੈਗੀ ਹੈ ਜੀ ਨਦੀ, ਵਿਚ ਆਫ ਦ ਫੋਲੋਇੰਗ ਰਿਵਰ ਰਾਈਜ਼ਿਸ ਫਰੋਮ ਦ ਮਿਲਮ ਗਲੇਸ਼ੀਅਰ ਇਨ ਕੁਮਾਊ ਹਿਮਾਲਿਆ? ਸ਼ਾਰਦਾ, ਰਾਮ ਗੰਗਾ, ਗੋਰੀ ਗੰਗਾ ਜਾਂ ਫਿਰ ਜਮੁਨਾ? ਗੋਰੀ ਗੰਗਾ। ਬਾਕੀ ਇਹਨੂੰ ਕੀ ਲੱਗਦਾ, ਕੁਛ ਵੀ ਆਂਸਰ ਦੇ ਦਿਓ ਚੈਟ ਦੇ ਵਿੱਚ, ਬਣਾ ਦਿਓ ਨਾ ਚੈਟ, ਬਣਾ ਦਿਓ ਕਿ ਵੀ ਹਾਂ ਵੀ ਆਂਸਰ ਆ ਰਿਹਾ ਬੀ ਬੀ ਬੀ। ਓਕੇ, ਤੋ ਆਂਸਰ ਕਰੈਕਟ ਵਾਲਾ ਹੈਗਾ ਜਿਹੜਾ ਗੋਰੀ ਗੰਗਾ ਹੀ ਹੈਗਾ। ਮੈਨੂੰ ਵੀ ਇਹੀ ਲੱਗਦਾ ਕਿ ਸਾਰੇ ਇੱਥੇ ਹੈਗੇ ਆ, ਸਰ ਵੀ ਇੱਦਾਂ ਹੀ ਹੈਗੇ ਤੁਹਾਡੇ। ਅਗਲਾ ਪੜ੍ਹਦੇ ਹਾਂ, ਇਨ ਵਿਚ ਏਅਰ ਵਾਜ ਗੋਆ ਵਾਜ ਕਨਵਰਟ ਸਟੇਟਹੁੱਡ? ਗੋਆ ਨੂੰ ਕਿਸ ਸਾਲ ਰਾਜ ਦਾ ਦਰਜਾ ਦਿੱਤਾ ਗਿਆ ਸੀਗਾ? 1967, 1995 ਜਾਂ ਫਿਰ 1992? ਆ ਗਏ ਜੀ, ਆ ਗਏ ਮੁਹੰਮਦ ਜੀ, ਤੁਹਾਡਾ ਹੋ ਗਿਆ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਮੁਹੰਮਦ ਜੀ, ਤੁਹਾਡੇ ਉਹ ਹੋ ਗਿਆ ਪੂਰਾ ਨਾ, ਜਿਹੜਾ ਤੁਹਾਡਾ ਮਨ ਦੀ ਸ਼ੰਕਾ ਸੀਗੀ ਉਹ ਦੂਰ ਹੋ ਗਈ ਸੀ। ਠੀਕ ਹੈ ਜੀ, ਇਹ ਹਿਮਾਂਸ਼ੂ ਜੀ ਤੁਸੀਂ ਕਿੱਦਾਂ ਦੇਖੀ ਮੈਨੂੰ ਇਹ ਦੱਸੋ ਜ਼ਰਾ, ਤੁਸੀਂ ਕਿੱਦਾਂ ਦੇਖ ਲਿੱਤੀ ਮੇਰੀ ਇੰਸਟਾਗ੍ਰਾਮ ਦੀ ਸਟੋਰੀ? ਕਿਸਨੇ ਤੁਹਾਨੂੰ ਸਕਰੀਨਸ਼ੋਟ ਸੈਂਡ ਕੀਤਾ ਹੈਗਾ ਚੈਟ ਦੇ ਵਿੱਚ, ਮੈਨੂੰ ਉਹ ਵੀ ਦੱਸ ਦਿਓ ਜ਼ਰਾ। 1987, ਹਾਂਜੀ ਐਗਜੈਕਟਲੀ 1987 ਆਂਸਰ ਆ ਜਾਏਗਾ ਕਰੈਕਟ ਵਾਲਾ। ਅਗਲਾ ਦੇਖਦੇ ਹਾਂ, ਵਾਇ ਵਿਚ ਆਫ ਦ ਫੋਲੋਇੰਗ ਅਮੈਂਡਮੈਂਟ ਦ ਟਰਮ ਸੋਸ਼ਲਿਸਟ ਵਾਜ ਇਨਸਰਟਿਡ ਇਨ ਅ ਪ੍ਰੈਮਬਲ ਆਫ ਦ ਇੰਡੀਅਨ ਕਾਂਸਟੀਟਿਊਸ਼ਨ? ਬਹੁਤ ਹੀ ਈਜ਼ੀ ਕੁਸ਼ਚਨ ਇਹ ਵਾਲਾ। ਬੋਲੋ ਹਿਮਾਂਸ਼ੂ ਜੀ, ਪਹਿਲੇ ਤਾਂ ਤੁਸੀਂ ਦੱਸੋ ਜ਼ਰਾ ਮੇਰੇ ਕੁਸ਼ਚਨ ਦਾ ਆਂਸਰ ਤੁਸੀਂ ਦੱਸੋ। 42, 1976, 1976, ਓਕੇ ਹਾਂਜੀ। 42nd ਅਮੈਂਡਮੈਂਟ ਸੀਗੀ ਨਾ ਇਹਦੇ ਨਾਲ, ਬਿਲਕੁਲ ਜੀ 42nd ਅਮੈਂਡਮੈਂਟ ਆ ਚੁੱਕਾ। ਦ ਆਈਡੀਅਲਸ ਆਫ ਲਿਬਰਟੀ, ਇਕੁਐਲਿਟੀ ਐਂਡ ਫਰੈਟਰਨਿਟੀ ਇਨ ਦ ਪ੍ਰੈਮਬਲ ਆਰ ਬੋਰੋਡ ਫਰੋਮ ਕੋਨਸਟੀਟਿਊਸ਼ਨ ਆਫ ਵਿਚ ਕੰਟਰੀ? ਇਹ ਦੱਸੋ ਜ਼ਰਾ। ਹਾਂਜੀ, ਮਿੰਨੀ ਕੋਨਸਟੀਟਿਊਸ਼ਨ। ਐਕਚੁਲੀ ਮੈਂ ਨਾ ਪੋਲੀਟੀ ਦੀ ਕਲਾਸ ਕੱਲ੍ਹ ਲਗਾ ਦਿੱਤੀ ਸੀਗੀ, ਇਹਦੇ ਵਿੱਚ ਥੋੜ੍ਹੇ ਪੋਲੀਟੀ ਦੇ ਕੁਸ਼ਚਨ ਹੈਗੇ ਆ। ਹਾਂ, ਸੋਸ਼ਲਿਸਟ, ਸੈਕੂਲਰ, ਇੰਟੀਗ੍ਰਿਟੀ, ਆਹ ਤਿੰਨ ਵਰਡਸ ਐਡ ਕਰੇ ਗਏ ਸੀਗੇ, ਬਿਲਕੁਲ ਜੀ। ਉਹ ਮੈਨੂੰ ਐਟਲੀਸਟ ਨਾਮ ਤਾਂ ਦੱਸ ਦਿਓ, ਕਿੰਨੇ ਤੁਹਾਨੂੰ ਸਕਰੀਨਸ਼ਾਟ ਸੈਂਡ ਕੀਤਾ? ਕਿਸੇ ਨੇ ਤਾਂ ਕੀਤਾ ਹੋਇਆ। ਹੁਣ ਮੈਂ ਪਤਾ ਮੈਂ ਕਰ ਲਾਂਗਾ, ਮੈਨੂੰ ਪਤਾ ਲੱਗ ਜਾਂਦਾ ਵੈਸੇ ਇੰਨਾ। ਮੈਂ ਵੀ ਆਪਣਾ ਨਾ ਖੁਫੀ ਏਜੰਸੀ ਮੈਂ ਵੀ ਰੱਖੀ ਹੋਈ ਹੈ, ਫ੍ਰੈਂਚ, ਫ੍ਰੈਂਚ। ਓਕੇ, ਤੋ ਫ੍ਰੈਂਚ ਵਾਲਾ ਆਪਣਾ ਆਂਸਰ ਕਰੈਕਟ ਹੈਗਾ। ਅਗਲਾ ਦੇਖਦੇ ਹਾਂ, ਚੱਕਰੀ ਇਜ਼ ਅ ਟਾਈਪ ਆਫ ਅ ਟ੍ਰੈਡੀਸ਼ਨਲ ਮਿਊਜ਼ਿਕ ਦੈਟ ਇਜ਼ ਪਾਪੂਲਰ ਇਨ ਵਿਚ ਇੰਡੀਅਨ ਸਟੇਟ? ਬਤਾਓ ਜੀ, ਚੱਕਰੀ ਕਿੱਧਰ ਦਾ ਟ੍ਰੈਡੀਸ਼ਨਲ ਮਿਊਜ਼ਿਕ ਹੈਗਾ ਜੀ, ਕਿਹੜੀ ਸਟੇਟ ਦਾ? ਉਹ ਸੈਸ਼ਨ ਨੂੰ ਲਾਈਕ ਵੀ ਕਰ ਦਿਓ, ਜਿਹਨਾਂ ਨੇ ਲਾਈਕ ਨਹੀਂ ਕਰਿਆ ਹੋਇਆ ਨਾ, ਲਾਈਕ ਜ਼ਰੂਰ ਕਰ ਦਿਓ ਜੀ। ਓਕੇ, ਫ੍ਰੈਂਚ, ਫ੍ਰੈਂਚ, ਫ੍ਰੈਂਚ। ਪਰ ਇੱਧਰ ਜਦੋਂ ਮੈਂ ਆ ਜਾਂਦਾ ਫਿਰ ਮੈਨੂੰ ਇੱਧਰ ਉਹ ਕੁਸ਼ਚਨ ਨਹੀਂ ਦਿਖਦੇ ਯਾਰ, ਮੈਨੂੰ ਅੱਗੇ ਆਉਣਾ ਪੈਂਦਾ। ਅੱਗੇ ਪੜ੍ਹਦੇ ਹਾਂ, ਚੱਕਰੀ ਇਜ਼ ਅ ਟਾਈਪ ਆਫ ਅ ਟ੍ਰੈਡੀਸ਼ਨਲ ਮਿਊਜ਼ਿਕ ਦੈਟ ਇਜ਼ ਅ ਪਾਪੂਲਰ ਇਨ ਵਿਚ ਇੰਡੀਅਨ ਸਟੇਟ? ਕਿਹੜੀ ਜਗ੍ਹਾ ਤੇ ਫੇਮਸ ਹੈ ਜੀ ਚੱਕਰੀ? ਪੰਜਾਬ, ਰਾਜਸਥਾਨ, ਜੇਕੇ ਜਾਂ ਫਿਰ ਮੱਧ ਪ੍ਰਦੇਸ਼? ਐਮਪੀ, ਜੇਕੇ, ਜੰਮੂ ਕਸ਼ਮੀਰ, ਮੱਧ ਪ੍ਰਦੇਸ਼, ਰਾਜਸਥਾਨ ਜਾਂ ਫਿਰ ਪੰਜਾਬ? ਪੰਜਾਬ 'ਚ ਤਾਂ ਨਹੀਂ ਹੈ ਯਾਰ ਚੱਕਰੀ, ਆਪਾਂ ਨਹੀਂ ਕਦੇ ਸੁਣਿਆ ਹੈ, ਪੰਜਾਬ 'ਚ ਰਹਿੰਦੇ ਆਪਾਂ। ਤਾਂ ਆਪਣਾ ਜਿਹੜਾ ਆਂਸਰ ਆ ਜਾਏਗਾ ਐਗਜੈਕਟਲੀ ਜੇਕੇ ਆ ਜਾਏਗਾ, ਕਰੈਕਟ ਵਾਲਾ ਆਂਸਰ ਐਮਪੀ ਦਾ ਨਹੀਂ ਹੈ ਜੀ। ਅਗਲਾ ਪੜ੍ਹਦੇ ਹਾਂ, ਇਨ ਵਿਚ ਯਰ ਆਂਧਰਾ ਪ੍ਰਦੇਸ਼ ਵਾਜ਼ ਕ੍ਰੀਏਟਿਡ? ਆਂਧਰਾ ਪ੍ਰਦੇਸ਼ ਕਦੋਂ ਕ੍ਰੀਏਟ ਹੁੰਦਾ ਹੈਗਾ? ਆਂਧਰ ਪ੍ਰਦੇਸ਼ ਕਿਹੜੇ ਸਾਲ ਕ੍ਰੀਏਟ ਹੋਇਆ ਹੋਏਗਾ? 1950, 1952, 1956 ਜਾਂ ਫਿਰ 1960?
ਬਤਾਓ ਜੀ, ਸਾਰੇ ਜਾਣੇ ਹੁਣ ਬਤਾ ਦੇਣਗੇ ਆਂਸਰ ਕਿਹੜਾ ਆਉਣਾ ਹੈਗਾ। ਮੈਂ ਆਪਾਂ ਵੀ ਥੋੜ੍ਹਾ ਸੀਰੀਅਸ ਹੋ ਜਾਂਦੇ ਹਾਂ, ਥੋੜ੍ਹਾ ਸੀਰੀਅਸਲੀ ਪੜ੍ਹਾਈ ਕਰ ਲੈਂਦੇ ਹਾਂ। ਓਕੇ, ਤੋ ਚੱਕਰੀ ਐਨ ਬੱਕਰੀ, ਬੱਕਰੀ ਅੱਛਾ ਚੱਕਰੀ ਐਨ ਬੱਕਰੀ ਫੇਮਸ ਫੋਰ ਜੇਕੇ। ਓਕੇ, ਇਹ ਵੀ ਸਹੀ ਹੈ ਯਾਰ। 1956, ਸੋ ਕਰੈਕਟ ਆਨਸਰ ਇਜ਼ 1956 ਐਗਜੈਕਟਲੀ ਜੀ। ਤੁਹਾਨੂੰ ਪਤਾ ਲਿੰਗੁਇਸਟਿਕ ਬੇਸਿਸ ਦੇ ਉੱਤੇ ਆਹੀ ਵਾਲਾ ਰਾਜ ਸੀਗਾ ਜਿਹੜਾ ਬਣਿਆ ਸੀਗਾ। ਓਕੇ, ਹੂ ਅਪੁਆਇੰਟ ਦ ਜੱਜਿਸ ਆਫ ਦ ਸੁਪਰੀਮ ਕੋਰਟ, ਕੌਣ ਅਪੁਆਇੰਟ ਕਰੇਗਾ ਜੀ ਜੱਜ ਸੁਪਰੀਮ ਕੋਰਟ ਦੇ? ਜੀ ਸੀ ਜੀ ਆਈ, ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਜਾਂ ਫਿਰ ਸੀ ਓ ਐਮ, ਕੌਣ ਕਰਦਾ? ਹਾਂਜੀ, ਉਦੋਂ 14 ਸਟੇਟ ਤੇ 6 ਯੂਟੀਆਂ ਬਣੀਆਂ ਸੀਗੀਆਂ। ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ? ਆਈ ਥਿੰਕ ਵੀਡੀਓ ਨਾ ਲੇਟ ਚੱਲਦੀ ਹੈ, ਤਾਂ ਇਸੇ ਕਰਕੇ ਸੀ ਜੀ ਆਈ, ਪ੍ਰੈਜ਼ੀਡੈਂਟ, ਪ੍ਰੈਜ਼ੀਡੈਂਟ। ਇਹ ਕੱਲ ਨਹੀਂ ਆਪਾਂ ਕਰਿਆ, ਇਹ ਕੁਐਸਚਨ ਅਸੀਂ ਕੱਲ ਕਰਿਆ ਸੀਗਾ ਸ਼ਾਇਦ। ਹੂ ਅਪੁਆਇੰਟ ਦਾ ਜੱਜਿਸ ਆਫ ਦਾ ਸੁਪਰੀਮ ਕੋਰਟ, ਤੋ ਆਨਸਰ ਆ ਗਿਆ ਪ੍ਰੈਜ਼ੀਡੈਂਟ। ਨਹੀਂ, ਅਗਲਾ ਪੜ੍ਹਦੇ ਆ। ਰਿਟ ਜੁਰਿਸਡਿਕਸ਼ਨ ਆਫ ਦੀ ਹਾਈ ਕੋਰਟ ਇਜ਼ ਨਾਟ ਐਕਸਕਲੂਸਿਵਲੀ ਬਟ ਕਨਕਰੈਂਟ ਵਿਦ ਦ ਰਿਟ ਜੁਰਿਸਡਿਕਸ਼ਨ ਆਫ ਦੀ ਸੁਪਰੀਮ ਕੋਰਟ ਅੰਡਰ ਵਿਚ ਆਰਟੀਕਲ। ਕਿੰਨਾ ਸੌਖਾ ਯਾਰ ਇਹ ਵਾਲਾ, ਬਥੇਰੀ ਵਾਰ ਪੇਪਰ ਚ ਆਇਆ, ਐਕਸਾਈਜ਼ ਦੇ ਪੇਪਰ ਦੇ ਵਿੱਚ ਵੀ ਕੁਝ ਏਦਾਂ ਦਾ ਮਿਲਦਾ ਜੁਲਦਾ ਕੁਐਸਚਨ ਆਇਆ ਸੀਗਾ ਪਿਛਲੇ ਸਾਲ। ਪ੍ਰੈਜ਼ੀਡੈਂਟ ਦ੍ਰੌਪਦੀ ਜੀ, ਬਿਲਕੁਲ ਜੀ, ਰਾਈਟ ਪੋਜੀਸ਼ਨ। ਆਰਟੀਕਲ 32, 56, 64 ਜਾਂ ਫਿਰ 84? 32, ਹਾਂ ਇਹ ਤਾਂ ਸਭ ਤੋਂ ਜ਼ਿਆਦਾ ਈਜ਼ੀ ਹੈ ਨਾ। ਸੁਪਰੀਮ ਕੋਰਟ ਦੇ ਨਾਲ ਜਿਹੜਾ ਕਰਦਾ ਹੈਗਾ ਰਿਟ ਜਾਰੀ ਕਰਨ ਵਾਲਾ, ਉਹ 32 ਨਾਲ ਹੈਗਾ। ਅਗਲਾ, ਥਾਂਗਟਾ ਇਜ਼ ਅ ਮਾਰਸ਼ਲ ਆਰਟ ਆਫ ਵਿਚ ਇੰਡੀਅਨ ਸਟੇਟ? ਥਾਂਗਟਾ, ਥਾਂਗਟਾ ਕਿੱਧਰ ਦਾ ਜੀ ਮਾਰਸ਼ਲ ਆਰਟ ਹੈਗਾ? ਤੇ ਪੰਜਾਬ ਦਾ ਵੀ ਦੱਸਿਓ ਜ਼ਰਾ, ਮਾਰਸ਼ਲ ਆਰਟ ਕਿਹੜਾ ਬੋਲਿਆ ਜਾਂਦਾ? ਹਾਈ ਕੋਰਟ ਦਾ 256, 226 ਔਰ ਸੁਪਰੀਮ ਕੋਰਟ ਦਾ 32, ਆਰਟ ਐਂਡ ਸੋਲ ਆਫ ਦੀ ਇੰਡੀਅਨ ਕੋਨਸਟੀਟਿਊਸ਼ਨ। ਥਾਂਗਟਾ ਕਿਸ ਭਾਰਤੀ ਰਾਜ ਦਾ ਮਾਰਸ਼ਲ ਆਰਟ ਹੈ? ਸਿੱਕਿਮ ਦਾ, ਮਨੀਪੁਰ ਦਾ, ਅਸਮ ਦਾ ਜਾਂ ਫਿਰ ਉੜੀਸਾ ਦਾ? ਕਿਹਦਾ ਹੋਏਗਾ? ਮਨੀਪੁਰ, ਸਿੱਕਿਮ, ਅਸਮ, ਉੜੀਸਾ, ਗੱਤਕਾ ਪੰਜਾਬ। ਐਗਜੈਕਟਲੀ ਗੱਤਕਾ ਹੈਗਾ ਪੰਜਾਬ ਦਾ, ਮਨੀਪੁਰ, ਮਨੀਪੁਰ। ਤੋ ਐਗਜੈਕਟਲੀ ਜੀ ਥਾਂਗਟਾ ਜਿਹੜਾ ਹੈਗਾ ਉਹ ਕਿੱਧਰ ਦਾ ਮਾਰਸ਼ਲ ਆਰਟ ਹੈਗਾ? ਉਹ ਮਨੀਪੁਰ ਦਾ ਰਹਿਣ ਵਾਲਾ ਹੈਗਾ। ਵੈਨ ਦ ਰੈਕਸੇਸ਼ਨ, ਇਹ ਤਾਂ ਦੁਬਾਰਾ ਆ ਗਿਆ। ਅਗਲਾ ਪੜ੍ਹਦੇ ਆ। ਵਿਚ ਸ਼ਡਿਊਲ ਵਾਜ ਐਡਿਡ ਟੂ ਦ ਕੋਨਸਟੀਟਿਊਸ਼ਨ ਬਾਏ 73rd ਅਮੈਂਡਮੈਂਟ ਐਕਟ 1992? 73ਵੀਂ ਅਮੈਂਡਮੈਂਟ ਦੇ ਰਾਹੀਂ ਕਿਹੜਾ ਸ਼ਡਿਊਲ ਜਿਹੜਾ ਸੀਗਾ ਐਡ ਕਰਿਆ ਗਿਆ ਸੀਗਾ? ਬਾਰ ਬਾਰ ਆਹ ਚੀਜ਼ਾਂ ਪੜ੍ਹਨੀਆਂ ਹੀ ਪੈਣੀਆਂ ਯਾਰ, ਬਾਰ ਬਾਰ ਪੜ੍ਹਨੀਆਂ ਪੈਣਗੀਆਂ। 10th, 11th, 12th ਜਾਂ ਫਿਰ ਨਨ ਆਫ ਦੀ ਅਬਵ? ਅੱਗੋਂ ਦੀ ਨਾ ਟਰਾਈ ਕਰਨਾ, ਜਦੋਂ ਵੀ ਤੁਸੀਂ ਆਨਸਰ ਦੇਣਾ ABCD ਨਾ ਲਿਖਣਾ, ABCD ਦੀ ਬਜਾਏ ਤੁਸੀਂ ਉਹ ਲਿਖ ਦਿਓ ਜਿਹੜਾ ਹੈਗਾ ਆਪਸ਼ਨ ਹੋਏਗਾ, 10, 11, 12 ਇੱਦਾਂ ਕਰਕੇ ਜਾਂ ਫਿਰ ਨਨ ਆਫ ਦੀ, ਜੋ ਵੀ ਹੁੰਦਾ ਤੁਹਾਡੇ ਅਕੋਰਡਿੰਗ ਦੇਖ ਲੈਣਾ ਸੀ। ਓਕੇ, ਤੋ 11th ਸ਼ਡਿਊਲ ਕਰੈਕਟ ਆਨਸਰ ਹੈਗਾ। 73ਵੀਂ ਅਮੈਂਡਮੈਂਟ ਦੇ ਵਿੱਚ ਅਸੀਂ 11ਵਾਂ ਸ਼ਡਿਊਲ ਜਿਹੜਾ ਸੀਗਾ ਕੋਨਸਟੀਟਿਊਸ਼ਨ ਦੇ ਵਿੱਚ ਇਨਸਰਟ ਕਰਿਆ ਸੀਗਾ। ਅਗਲਾ, ਹੂ ਵਾਜ਼ ਦ ਫਸਟ ਚੇਅਰਮੈਨ ਆਫ ਦ ਪ੍ਰੈਸ ਕੌਂਸਲ ਆਫ ਇੰਡੀਆ? ਪ੍ਰੈਸ ਕੌਂਸਲ ਆਫ ਇੰਡੀਆ ਦੇ ਫਸਟ ਚੇਅਰਮੈਨ, ਪਹਿਲਾ ਹੈ ਪੰਚਾਇਤ। ਓਕੇ, ਪੰਚਾਇਤ, ਅੱਛਾ ਹਾਂ, ਪੰਚਾਇਤ ਵਾਲਾ ਸਿਸਟਮ। ਪੰਚਾਇਤ ਕਿੱਦਾਂ ਯਾਦ ਵਿੱਚ ਆ ਗਿਆ? ਉਹ ਪੰਚਾਇਤ ਪਿਛਲੇ ਕੁਸ਼ਚਨ ਦਾ ਆਨਸਰ ਹੈ। ਆਹ ਦੱਸੋ ਜ਼ਰਾ, ਪ੍ਰੈਸ ਕੌਂਸਲ ਆਫ ਇੰਡੀਆ ਦਾ ਪਹਿਲਾ ਚੇਅਰਮੈਨ ਕੌਣ ਸੀ? ਕੁਛ ਵੀ ਤੁਸੀਂ ਲਗਾ ਸਕਦੇ ਹੋ, ਕੁਝ ਵੀ ਗੈਸ ਲਗਾਉਣਾ ਚਾਹੋ, ਵਰਨਾ ਮੈਂ ਤਾਂ ਦੱਸ ਹੀ ਦਾਂਗਾ ਆਨਸਰ ਹੈਗਾ ਕੀ ਹੈ। ਤੋ ਇਹਦਾ ਆਨਸਰ ਜਿਹੜਾ ਕਰੈਕਟ ਵਾਲਾ ਆਏਗਾ JR ਬੁਧਕਰ ਆਊਗਾ। ਕਿਆ ਬਲਵੰਤ ਰਾਏ ਕਮੇਟੀ? ਇਹਦਾ ਆਨਸਰ ਆ ਗਿਆ ਜੀ ਏ ਪਾਰਟ, ਬਿਲਕੁਲ ਜੀ JR। ਅਗਲਾ ਪੜ੍ਹਦੇ ਆ। ਰੌਕ ਇਜ਼ ਅ ਫੋਕ ਡਾਂਸ, ਇਟ ਹੈਜ਼ ਇਟਸ ਓਰੀਜਨ ਇਨ ਵਿਚ ਆਫ ਦ ਫੋਲੋਇੰਗ ਸਟੇਟ?
ਰੌਫ ਕਿੱਧਰ ਦਾ ਬੇਸਿਕਲੀ ਫੋਕ ਡਾਂਸ ਹੈਗਾ ਉਹ ਪੁੱਛਿਆ ਗਿਆ ਰੌਫ ਕਿੱਧਰ ਦਾ ਫੋਕ ਡਾਂਸ ਹੋਏਗਾ ਐਚਪੀ ਦਾ ਅਸਮ ਮਿਜ਼ੋਰਮ ਜਾਂ ਫਿਰ ਕਸ਼ਮੀਰ ਕਸ਼ਮੀਰ ਹਿਮਾਚਲ ਐਚ ਪੀ ਓਕੇ ਕਸ਼ਮੀਰ ਹਿਮਾਚਲ ਹਾਂਜੀ ਤੋ ਇਹ ਜਿਹੜਾ ਹੈਗਾ ਇਹ ਕਸ਼ਮੀਰ ਦਾ ਹੈਗਾ ਐਗਜੈਕਟਲੀ ਜੀ ਰੌਫ ਫੋਕ ਡਾਂਸ ਕਿੱਧਰ ਦਾ ਹੈਗਾ ਕਸ਼ਮੀਰ ਦਾ ਅਗਲਾ ਪੜ੍ਹਦੇ ਹਾਂ ਵਿਚ ਆਫ ਦ ਫੋਲੋਇੰਗ ਬ੍ਰਾਂਚ ਆਫ ਫਿਜ਼ਿਕਸ ਡੀਲ ਵਿਦ ਦ ਸਟੱਡੀ ਆਫ ਐਟੋਮਿਕ ਨਿਊਕਲੀਆਈ ਇਹਨਾਂ ਚੋਂ ਕਿਹੜੀ ਬ੍ਰਾਂਚ ਹੈਗੀ ਹੈ ਫਿਜ਼ਿਕਸ ਦੀ ਜਿਹੜੀ ਡੀਲ ਕਰਦੀ ਹੈ ਵਿਦ ਐਟੋਮਿਕ ਨਿਊਕਲੀਆਈ ਨਿਊਕਲੀਅਰ ਫਿਜ਼ਿਕਸ ਬਾਇਓ ਫਿਜ਼ਿਕਸ ਐਟੋਮਿਕ ਫਿਜ਼ਿਕਸ ਜਾਂ ਫਿਰ ਇਨਮੇ ਸੇ ਕੋਈ ਵੀ ਨਹੀਂ ਐਟੋਮਿਕ ਨਿਊਕਲੀਆਈ ਦੀ ਸਟੱਡੀ ਨੂੰ ਕੀ ਕਿਹਾ ਜਾਂਦਾ ਮੈਨੂੰ ਲੱਗਦਾ ਮੁਹੰਮਦ ਜੀ ਫਿਰ ਤੋਂ ਤੁਹਾਡੀ ਉਹ ਜਿਹੜਾ ਤੁਹਾਡਾ ਮਨ ਜਿਹੜਾ ਡਾਊਟ ਸੀਗਾ ਨਾ ਤੁਹਾਡਾ ਮਤਲਬ ਜਿਹੜਾ ਤੁਸੀਂ ਕੁਐਸਚਨ ਮੇਰੇ ਤੋਂ ਪੁੱਛਿਆ ਸੀਗਾ ਉਹ ਦੁਬਾਰਾ ਫਿਰ ਤੋਂ ਕੁਐਸਚਨ ਤੁਹਾਨੂੰ ਪੁੱਛਣਾ ਪੈਣਾ ਓਕੇ ਤੋ ਐਟੋਮਿਕ ਫਿਜ਼ਿਕਸ ਗਲਤ ਹੈਗਾ ਨਿਊਕਲੀਅਰ ਫਿਜ਼ਿਕਸ ਆਨਸਰ ਆਉਂਦਾ ਹੈ ਆਪਣੇ ਨਿਊਕਲੀਅਰ ਫਿਜ਼ਿਕਸ ਆਉਂਦਾ ਹੈ ਐਟੋਮਿਕ ਨਿਊਕਲੀਆਈ ਐਟੋਮਿਕ ਫਿਜ਼ਿਕਸ ਕੋਈ ਵੀ ਫਿਜ਼ਿਕਸ ਨਹੀਂ ਹੈਗੀ ਨਿਊਕਲੀਅਰ ਫਿਜ਼ਿਕਸ ਦੇ ਅੰਦਰ ਹੀ ਆ ਸਾਰੇ ਚੀਜ਼ਾਂ ਆਉਂਦੀਆਂ ਹੈ ਉੱਥੇ ਬੇਸ਼ੱਕ ਐਟੋਮਿਕ ਲਿਖਿਆ ਹੋਇਆ ਉਹ ਜਾਣ ਬੁੱਝ ਕੇ ਲਿਖਿਆ ਹੁੰਦਾ ਹੈ ਐਟੋਮਿਕ ਫਿਜ਼ਿਕਸ ਆਊਗਾ ਉਹ ਤਾਂ ਕੋਈ ਬ੍ਰਾਂਚ ਹੀ ਨਹੀਂ ਹੈ ਨਿਊਕਲੀਅਰ ਫਿਜ਼ਿਕਸ ਇੱਕ ਬ੍ਰਾਂਚ ਹੁੰਦੀ ਹੈ ਜਿਹਦੇ 'ਚ ਅਸੀਂ ਰੇਡੀਓ ਐਕਟਿਵ ਐਲੀਮੈਂਟਸ ਬਾਰੇ ਪੜ੍ਹਦੇ ਹਾਂ ਐਕਸਰੇ ਗਾਮਾ ਬਾਰੇ ਇਹ ਸਾਰੀ ਚੀਜ਼ਾਂ ਬਾਰੇ ਪੜ੍ਹਦੇ ਹਾਂ ਨਾ ਆਪਾਂ ਅਗਲਾ ਪੜ੍ਹਦੇ ਹਾਂ ਵਿਚ ਫੋਕ ਡਾਂਸ ਇਜ਼ ਪਰਫੋਰਮਡ ਔਨ ਹੋਲੀ ਬਿਹਾਰ ਬਿਹਾਰ ਦੇ ਵਿੱਚ ਜਦੋਂ ਹੋਲੀ ਆਉਂਦੀ ਹੈ ਹੁਣ ਆਉਣ ਵਾਲੀ ਹੈ ਹੋਲੀ ਹੁਣ ਤੁਸੀਂ ਸਭ ਨੇ ਰੰਗ ਜਾਣਾ ਹੈਗਾ ਵੈਸੇ ਹੀ ਤੇ ਬਤਾਓ ਜੀ ਬਿਹਾਰ ਦੇ ਵਿੱਚ ਜਦੋਂ ਹੋਲੀ ਆਉਂਦੀ ਹੈ ਕਿਹੜਾ ਫੋਕ ਡਾਂਸ ਕਰਿਆ ਜਾਂਦਾ ਹੈ ਜੱਗ ਸੁਣਾ ਸੁਣਾ ਲਾ ਜੱਗ ਨਹੀਂ ਮੈਨੂੰ ਤਾਂ ਕਲਾਸ ਉਹਨਾਂ ਨੂੰ ਕਲਾਸ ਸੁਣੀ ਸੁਣੀ ਲੱਗ ਰਹੀ ਹੈ ਓਕੇ ਜੀ ਬਿਹਾਰ ਵਿੱਚ ਹੋਲੀ ਤੇ ਕਿਹੜਾ ਲੋਕ ਨਾਚ ਕੀਤਾ ਜਾਂਦਾ ਹੈ ਜਿਜੀਆਂ ਜੱਟ ਜਤਿਨ ਪੈਕਾ ਜਾਂ ਫਿਰ ਫਗੂਆ ਅਰੇ ਜੱਟ ਜੱਟ ਜਟਿਨ ਨਹੀਂ ਨਹੀਂ ਜੱਟ ਜਟਿਨ ਹੀ ਹੈ ਫਗੂਆ 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 ਕੀਤਾ ਜਾਂਦਾ ਜੀ ਫਗੂਆ ਹੋਲੀ ਦੇ ਟਾਈਮ ਦੇ ਉੱਤੇ ਬਿਹਾਰ ਦੇ ਵਿੱਚ ਫਗੂਆ ਅਗਲਾ ਪੜ੍ਹਦੇ ਹਾਂ ਵਿਚ ਡੇ ਇਜ਼ ਸੈਲੀਬ੍ਰੇਟਡ ਸੈਲੀਬ੍ਰੇਟਡ ਐਜ਼ ਇੰਟਰਨੈਸ਼ਨਲ ਲਿਟਰੇਸੀ ਡੇ ਅੱਠ ਸਤੰਬਰ ਸੱਤ ਜੁਲਾਈ ਉੱਨੀ ਅਪ੍ਰੈਲ ਜਾਂ ਫਿਰ ਅਠਾਈ ਜੂਨ ਹਾਂਜੀ ਲੱਠਮਾਰ ਹੋਲੀ ਮਥੁਰਾ ਪੰਜਾਬ ਦੇ ਵਿੱਚ ਵੀ ਬੜੇ ਗੰਦੇ ਤਰੀਕੇ ਨਾਲ ਮਨਾਈ ਜਾਂਦੀ ਹੈ ਤੁਹਾਨੂੰ ਪਤਾ ਗੇੜੀ ਸ਼ੇੜੀ ਲੱਗਦੀ ਹੈ ਹੋਲੀ ਆਉਣ ਵਾਲੀ ਹੈ ਤੁਸੀਂ ਲੋਕਾਂ ਨੇ ਵੀ ਬਾਈਕਾਂ ਦੇ ਉੱਤੇ ਨਿਕਲ ਜਾਣਾ ਤੇ ਗੇੜੀਆਂ ਸ਼ੇੜੀਆਂ ਲਗਾਉਣੀਆਂ ਹੋਲੀ ਦੇ ਉੱਤੇ ਅੱਠ ਸਤੰਬਰ ਓਕੇ ਤੋ ਕਰੈਕਟ ਆ ਜੀ 8 ਸਪਟੈਂਬਰ ਨੂੰ ਕੀ ਮਨਾਇਆ ਜਾਂਦਾ ਇੰਟਰਨੈਸ਼ਨਲ ਲਿਟਰੇਸੀ ਡੇ ਅਗਲਾ ਪੜ੍ਹਦੇ ਹਾਂ ਜੀ ਵਿਚ ਆਫ ਦ ਇਹ ਤਾਂ ਹੋ ਗਿਆ ਨਾ ਅਗਲਾ ਵਿਚ ਆਫ ਦ ਫੋਲੋਇੰਗ ਹੈਜ਼ ਐਨ ਇਫੈਕਟ ਔਨ ਦ ਵੈਲਿਊ ਆਫ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਸ਼ੇਪ ਆਫ ਦੀ ਅਰਥ ਹਾਈਟ ਅਬਵ ਦੀ ਅਰਥ ਸਰਫੇਸ ਐਕਸਲ ਰੋਟੇਸ਼ਨ ਆਫ ਦੀ ਅਰਥ ਜਾਂ ਫਿਰ ਆਲ ਆਫ ਦੀ ਅਬਵ ਹਾਂ ਬਿਲਕੁਲ ਜੀ ਬਿਲਕੁਲ ਮੁਹੰਮਦ ਜੀ ਸਟੈਟਿਸਟਿਕ ਡੇ ਵੀ ਹੁੰਦਾ ਉਸ ਦਿਨ ਹਾਂ ਤਾਂ ਹੋਲੀ ਐਸੀ ਕਰਕੇ ਮਨਾਈ ਜਾਂਦੀ ਨਾ ਲੋਕ ਆਪਣੇ ਸ਼ਕਲ ਚੁਬਾ ਲੈਂਦੇ ਆ ਵੈਸੇ ਹੋਰ ਗੰਦੀ ਹੁੰਦੀ ਆ ਉਸ ਤੋਂ ਜ਼ਿਆਦਾ ਰੰਗ ਲਗਾ ਕੇ ਹੋਰ ਗੰਦੀ ਕਰ ਲੈਂਦੇ ਲੋਕੀ ਵੀ
ਤੋ ਇਸਦਾ ਆਨਸਰ ਕੀ ਆ ਜਾਏਗਾ ਆਲ ਆਫ ਦੀ ਅਬਵ ਸਾਰੀ ਦੀ ਸਾਰੀ ਚੀਜ਼ਾਂ ਦੇ ਉੱਤੇ ਜਿਹੜੀ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਹੈ ਉਹ ਡਿਪੈਂਡ ਕਰਦੀ ਹੈ ਸ਼ੇਪ ਆਫ ਦੀ ਅਰਥ ਦੇ ਉੱਤੇ ਤੁਸੀਂ ਦੇਖਿਆ ਹੋਏਗਾ ਪੋਲ ਦੇ ਉੱਤੇ ਇਕੁਏਟਰ ਦੇ ਉੱਤੇ ਅਲੱਗ ਹੁੰਦੀ ਹੈ ਹਾਈਟ ਅਬਵ ਦੀ ਅਰਥ ਸਰਫੇਸ ਜੇ ਬਹੁਤ ਉੱਪਰ ਚਲੇ ਜਾਓਗੇ ਉੱਥੇ ਵੀ ਗ੍ਰੈਵਿਟੀ ਜਿਹੜੀ ਹੁੰਦੀ ਹੈ ਉਹ ਘੱਟ ਜਾਂਦੀ ਹੈ ਐਕਸਲਰੇਸ਼ਨ ਆਫ ਦ ਅਰਥ ਜਿੱਦਾਂ ਜਿੱਦਾਂ ਰੋਟੇਸ਼ਨ ਕਰਦੀ ਹੈ ਉੱਥੇ ਵੀ ਸਾਡੇ ਕੋਲ ਗ੍ਰੈਵਿਟੀ ਦੇ ਵਿੱਚ ਫਰਕ ਦਿਖਦਾ ਹੀ ਦਿਖਦਾ ਹੈ ਤਾਂ ਆਪਣਾ ਆਨਸਰ ਆ ਜਾਏਗਾ ਆਲ ਆਫ ਦੀ ਅਬਵ ਵਿਚ ਆਫ ਦ ਫੋਲੋਇੰਗ ਇਜ਼ ਅਨ ਐਗਜ਼ਾਮਪਲ ਆਫ ਇਨਸੂਲੇਟਰ ਇਨਸੂਲੇਟਰ ਦੀ ਇਹਨਾਂ ਚੋਂ ਕਿਹੜੀ ਉਦਾਹਰਨ ਹੈ ਡਾਇਮੰਡ ਮਰਕਰੀ ਆਇਰਨ ਕ੍ਰੋਮੀਅਮ ਚਲੋ ਇਹ ਚ ਹਲਵਾ ਕੁਐਸਚਨ ਸੀਗਾ ਨਾ ਬਟ ਇਹ ਦੱਸੋ ਜ਼ਰਾ ਫਿਰ ਐਗਜ਼ਾਮਪਲ ਆਫ ਇਨਸੂਲੇਟਰ ਇਨਸੂਲੇਟਰ ਕੰਡਕਟਰ ਦੋ ਚੀਜ਼ਾਂ ਹੁੰਦੀਆਂ ਕੰਡਕਟਰ ਮਤਲਬ ਜਿਹੜੇ ਕੰਡਕਟ ਕਰਦੇ ਆ ਆਪਣੇ ਵਿੱਚੋਂ ਇਲੈਕਟ੍ਰਿਸਿਟੀ ਜਾਂ ਫਿਰ ਹੀਟ ਨੂੰ ਪਾਸ ਹੋਣ ਦਿੰਦੇ ਆ ਇਨਸੂਲੇਟਰ ਮਤਲਬ ਜਿਹੜੇ ਨਹੀਂ ਕਰਦੇ ਡਾਇਮੰਡ ਮਰਕਰੀ ਆਇਰਨ ਜਾਂ ਫਿਰ ਕ੍ਰੋਮੀਅਮ ਓਕੇ ਤੋ ਆਨਸਰ ਆ ਜਾਏਗਾ ਡਾਇਮੰਡ ਡਾਇਮੰਡ ਇਜ਼ ਦ ਇਨਸੂਲੇਟਰ ਜੀ ਸਾਇੰਸ ਡਾਇਮੰਡ ਇਨਸੂਲੇਟਰ ਹੁੰਦਾ ਹਾਂ ਕਰੋ ਜੀ ਕਰੋ ਤੁਸੀਂ ਨਿਊ ਸਟੂਡੈਂਟ ਮੈਨੂੰ ਪਤਾ ਤੁਹਾਡਾ ਇਸ਼ਾਰਾ ਨਵੇਂ ਸਟੂਡੈਂਟ ਵੱਲ ਕਿਹੜੀ ਜਗ੍ਹਾ ਤੇ ਹੈਗਾ ਇਹਨਾਂ ਵਿੱਚੋਂ ਵਿਦ ਇਨ ਵਿਚ ਆਫ ਦ ਫੋਲੋਇੰਗ ਦ ਸਾਊਂਡ ਕੈਨੋਟ ਟਰੈਵਲ ਸੋਲਿਡ ਲਿਕੁਇਡ ਗੈਸ ਜਾਂ ਫਿਰ ਵੈਕਿਊਮ In which of the following the sound cannot travel? Solid, ਅਰੇ solid ਦੇ ਵਿੱਚੋਂ ਹੀ ਤਾਂ travel ਕਰਦੀ ਹੈ ਗੈਸ ਦੇ ਵਿੱਚੋਂ ਜਿਹਦੇ 'ਚ ਹੋਏਗਾ ਹੀ ਨਹੀਂ ਕੁਛ ਉਹਦੇ ਵਿੱਚੋਂ ਕਿੱਦਾਂ ਕਰੇਗੀ ਵੈਕਿਊਮ ਵਾਲਾ ਆਪਣਾ ਆਂਸਰ ਕਰੈਕਟ ਆ ਜਾਏਗਾ ਗੈਸ ਦੇ ਵਿੱਚੋਂ ਵੀ ਕਰਦੀ ਹੈ ਲਿਕੁਇਡ ਦੇ ਵਿੱਚ ਵੀ ਸੋਲਿਡ ਦੇ ਵਿੱਚ ਵੀ ਵੈਕਿਊਮ ਮਤਲਬ ਖਾਲੀ ਜਗ੍ਹਾ ਉਹ 'ਚ ਦੇਖੋ ਸਾਊਂਡ ਨੂੰ ਇੱਕ ਮੀਡੀਅਮ ਚਾਹੀਦਾ ਹੁੰਦਾ ਟਰੈਵਲ ਹੋਣ ਦੇ ਲਈ ਸੋਲਿਡ ਦੇ ਵਿੱਚ ਵੀ ਮੀਡੀਅਮ ਹੁੰਦਾ ਲਿਕੁਇਡ ਦੇ ਵਿੱਚ ਗੈਸ ਦੇ ਵਿੱਚ ਵੀ ਅਗਲਾ ਕਰਦੇ ਆ ਮੈਨੂੰ ਲੱਗਦਾ ਉਹ ਚਲੇ ਗਏ ਹੈ ਮੁਹੰਮਦ ਜੀ ਚਲੇ ਗਏ ਲੱਗਦਾ ਸ਼ੇਅਰ ਕਰਨ ਆਪਣੇ ਕਿਸੇ ਸਾਥੀ ਨੂੰ ਜੋੜੀਦਾਰ ਨੂੰ ਲੱਭਣ ਨਾ ਅਗਲਾ ਕਰਦੇ ਆ ਪੰਜਾਬ ਜੇ 34 ਇਜ਼ ਦ ਵੈਰਾਇਟੀ ਆਫ ਵਿਚ ਅਮੰਗ ਦ ਫੋਲੋਇੰਗ ਕ੍ਰੋਪਸ ਇਨ ਇੰਡੀਆ ਕਾਟਨ ਵੀਟ ਰਾਈਸ ਜਾਂ ਫਿਰ ਸ਼ੂਗਰ ਕੇਨ ਕਾਟਨ ਪੰਜਾਬ ਜੇ 34 ਜਿਹੜੀ ਵੈਰਾਇਟੀ ਹੈਗੀ ਹੈ ਉਹ ਕਿਸ ਚੀਜ਼ ਦੀ ਹੋਏਗੀ ਜੀ ਪਟਵਾਰੀ ਦੇ ਵਿੱਚ ਆ ਸਕਦਾ ਇੱਦਾਂ ਦੱਸਵਾ ਕਾਟਨ 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 ਬਾਕੀਆਂ ਨੂੰ ਕੀ ਲੱਗਦਾ ਪੰਜਾਬ ਜੇ 34 ਆਨਸਰ ਕਿਹੜਾ ਆਉਣ ਵਾਲਾ ਕਰੈਕਟ ਕਾਟਨ ਐਗਜੈਕਟਲੀ ਜੀ ਕਾਟਨ ਵਾਲਾ ਆਪਣਾ ਆਨਸਰ ਕਰੈਕਟ ਹੈਗਾ ਅਗਲਾ ਪੜ੍ਹਦੇ ਹਾਂ ਵਿਚ ਡੇ ਸੈਲੀਬ੍ਰੇਟਡ ਐਜ਼ ਅ ਵਰਲਡ ਹਿੰਦੀ ਡੇ ਵਰਲਡ ਹਿੰਦੀ ਡੇ ਕਦੋਂ ਮਨਾਇਆ ਜਾਂਦਾ ਹੈ ਅੱਛਾ ਮੈਨੂੰ ਲੱਗਦਾ ਹੈ ਜਿੱਦਾਂ ਮੁਹੰਮਦ ਜੀ ਨੇ ਕਿਹਾ ਕਿ ਵੀ ਅੱਛਾ ਆ ਗਏ ਮੁਹੰਮਦ ਜੀ ਚਲੋ ਕੋਈ ਨੀ ਹੁਣ ਨੀ ਕਹਿਣਾ ਕੁਛ 14 ਸਤੰਬਰ ਓਕੇ ਤੋ ਵਰਲਡ ਹਿੰਦੀ ਦੇ ਹਿੰਦੀ ਡੇ ਵਰਲਡ ਵਾਲਾ ਹਿੰਦੀ ਡੇ ਹੈਗਾ ਵਰਲਡ ਹਿੰਦੀ ਡੇ ਕਦੋਂ ਮਨਾਇਆ ਜਾਂਦਾ ਦੇਖੋ 14 ਸਤੰਬਰ ਨੂੰ ਨੈਸ਼ਨਲ ਵਾਲਾ ਮਨਾਇਆ ਜਾਂਦਾ ਹੈ ਔਰ ਇਹ ਕਦੋਂ ਮਨਾਇਆ ਜਾਏਗਾ ਓਕੇ ਤੋ ਇਹ ਆ ਜਾਏਗਾ 10 ਜਨਵਰੀ ਐਗਜੈਕਟ ਆਨਸਰ ਬਿਲਕੁਲ ਜੀ 10 ਜਨਵਰੀ ਵਾਲਾ ਜਿਹੜਾ ਹੈਗਾ ਵਰਲਡ ਹਿੰਦੀ ਡੇ ਹੁੰਦਾ ਉਦੋਂ ਅਗਲਾ ਪੜ੍ਹਦੇ ਹਾਂ ਡਿਊਰਿੰਗ ਦੇਅਰ ਰੂਲ ਦ ਬ੍ਰਿਟਿਸ਼ ਪਰਸੂਡਿਡ ਔਰ ਫੋਰਸਡ ਕਲਟੀਵੇਟਰਸ ਇਨ ਪੰਜਾਬ ਟੂ ਗਰੋ ਵਿਚ ਆਫ ਦ ਫੋਲੋਇੰਗ ਬਈ ਕਿਆ ਚੀਜ਼ ਗਰੋ ਕਰਨ ਲਈ ਕਿਹਾ ਸੀਗਾ ਜੀ ਉਹਨਾਂ ਨੇ
ओके ओके जी, लेट रिप्लाई आ रहे। अच्छा नहीं, अपने शासन दौरान अंग्रेजा ने पंजाब दे काश्तकारा नू हेठ लिखे विचों किस नू अगाउन लई प्रेरिया जां मजबूर कीता, वीट, टी, जूट या फिर शुगर केन। वीट, अरे वीट वो तो वैसे ही उगाई जाती है, वीट या फिर टी। वीट वीट वीट, तो करेक्ट आंसर जड़ा आएगा एग्जैक्टली जी, वीट आ जाएगा करेक्ट आंसर। अगला देख दिया, विच डे इज सेलिब्रेटेड एज वर्ल्ड एड्स डे। नहीं नहीं मैं नहीं, हूं नहीं कहना कुछ, हूं मोहम्मद जी आ गए हुए, मौसम जी आ गए हुए ना, हूं नहीं। बिल्कुल जी, वीट ही होंगे स्टार्टिंग तो पंजाब च, टी पक्का। नहीं नहीं टी नहीं है मोहम्मद जी। विच डे सेलिब्रेटेड एज वर्ल्ड एड्स डे, सब तो इजी क्वेश्चन है, वर्ल्ड एड्स डे कदों मनाया जाता है। मोहम्मद जी शेयर कर रहा है वो वीडियो, मैं लगता है तो हले तक का मतलब तनु आया नहीं लगता मजा कुछ। ए पार्ट, हाँ जी 1 दिसंबर करेक्ट है ना, 1 दिसंबर। अगला देख दिया जी, विच डे इज सेलिब्रेटेड एज वर्ल्ड एनिमल डे, वर्ल्ड एनिमल डे कदों मनाया जाता है। जनवरी 10, फेब 16, अक्टूबर 4 या फिर नवंबर 9 है। ये तुम्हें याद होएगा जो तो मैं एक बार क्लास लेती थी तो क्लास के विच एक लड़ाई भी हो गई थी, इतने बंदा प्रेजेंट हैगा शायद, वो है ना है नहीं प्रेजेंट, है नहीं प्रेजेंट। देखिया देखिया मम्मा जी नु सब दे बर्थडे याद है, उन्होंने क्लास की कोई का बर्थडे भी याद है। सी पार्ट, सी पार्ट, ओके। तो अक्टूबर 4 वाला आंसर करेक्ट है। अगला देख दिया, इन विच स्टेट या यूटी द हेडक्वार्टर ऑफ पीएनबी सिचुएटेड। पीएनबी का हेडक्वार्टर जोड़ा है वो कितने है जी, पंजाब नेशनल बैंक का, दिल्ली, महाराष्ट्र, उत्तराखंड या फिर पंजाब। सेशन कर दो यार, लाइक कर दो एक बार जिन्हें भी बंदे आ गए हैं। ओके तो उन्होंने थोड़ी लगता मोहम्मद जी की सुन लिती गई है, मोहम्मद जी की सुन लिती गई लगता। बताओ जी किहड़ी जगह दे उत्ते हैडक्वार्टर हैगा पीएनबी दा। बिल्कुल बिल्कुल सच क्या शहरीवान ने, दिल्ली दिल्ली। ओके तो दिल्ली वाला अपना आंसर करेक्ट हैगा जी, दिल्ली। अगला पढ़ते हैं, विच ऑफ द फॉलोइंग टेक्निक कैन बी यूज्ड टू सेपरेट क्रीम फ्रॉम मिल्क। जे क्रीम निकालनी होवे दुध दे विचों केड़ी टेक्निक आपां इस्तेमाल करांगे, फिल्ट्रेशन, डिस्टिलेशन, सेंट्रीफ्यूगेशन या फिर क्रोमेटोग्राफी। ये टर्म्स मैं पहले भी समझाइया हुई है, केड़ी टर्म किहदे नाल रिलेट करदी है। सेंट्रीफ्यूगेशन मतलब जो असी कोई चीज गोल 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 घुमा दी है उन्होंने सेंट्रीफ्यूगेशन वर्ड बोल देता है। डिस्टिलेशन पेट्रोल के लिए होंगी है, फिल्ट्रेशन कोई फिल्टर जिदा छानना जिन्होंने आप छननी कहते ना वे लिए। क्रोमेटोग्राफी ये डाइंग के परपज के या फिर कलर के परपज के वरती जाती है। तो आप दसना जो क्रीम निकालना है मिल्क के आप वरतेंगे बिल्कुल जी सेंट्रीफ्यूगेशन। अगला, कंबाला स्पोर्ट्स इज हेल्ड इन विच स्टेट। कंबाला यार सैशन लाइक कर दो यार जिन्होंने लाइक नहीं कराया हो, एटलीस्ट लाइक तो करिए। कंबाला खेड किस राज विच करवाई जाती है, कर्नाटक, गुजरात, तमिलनाडु या फिर केरला। एग्जैक्टली उदो याद होएगा तुहानू उह ज्योति जी कपड़े धो रहे सीगे जदों इदां दा क्वेश्चन आया सीगा एक बारी पहले भी। कर्नाटक, गुजरात, तमिलनाडु या फिर केरला। कंबाला, कंबाला स्पोर्ट्स किधर दा हैगा, कर्नाटक। के फॉर कंबाला, के फॉर कर्नाटक।
ओके तो कर्नाटक वाला करेक्ट आंसर है. अगला पढ़ दिया, विच ऑफ द फॉलोइंग बुक्स हैव बीन रिटन बाय अबुल फजल. अबुल फजल वालों केड़ी है किताबें ना जो लिखिया गई हुई है, आईने अकबरी, अकबरनामा, बोथ ऑफ देम या फिर इनमें से कोई भी नहीं. जल्दी कट्टी तमिलनाडु, शायद तुहानू याद आ गए होंगे. यही चीज है ना, कुछ क्लासेस दे मूवमेंट जेड़े हुंदे आ ये तुहानू याद ऐदा ही आंदे आ. उदो या उन्होंने किया सीगा, मैं दो बारी उन्होंने दे उत्ते क्वेश्चन आया सीगा यही वाला. जल्दी कट्टू तमिलनाडु, अबुल फजल दी किताब बोथ बोथ. ओके तो बोथ दोनों किताबें जड़ी हैं बिल्कुल जी अबुल फजल वालों लिखिया गई हुई हैं. अगला पढ़ते हैं, द पंजाब लैंड एलिनेशन एक्ट वाज पास्ड इन व्हिच ईयर. पंजाब लैंड एलिनेशन एक्ट किस साल पास किया गया सीगा, 1900 दे विच, 1903 दे विच, 1905 दे विच या फिर 1909 दे विच. ओ यार याद किया इन्हों नू, देखिया याद किया ज्योति जी नू, नाल ही आ गए. देखिया किन्नी लंबी उम्र हैगी इन्हों दी. ज्योति जी तुम 5 मिनट पिछे जाके ना, 5 मिनट भी ज्यादा कह रहे, 3 मिनट जाके तुम पिछे देखोगे ना तुहाडा हुणे नाम लिया ही सीगा. तो ऐसा आंसर केड़ा आएगा, 1900 बिल्कुल जी, 1900 वाला अपना आंसर करेक्ट आ जूगा जी. मैं देख लो, मैं कोई मैसेज किसी नु नहीं किया, मैं कोई ज्योति जी नु मैसेज नहीं किया कि ज्योति जी क्लास चाहो तुहानू मैं याद करा लगा. आ देखो तुहानू मैं दिखावा हुणे तुहाडे मतलब दा क्वेश्चन आया सीगा, तुहानू याद आया होगा. ओके आ वाला क्वेश्चन सीगा, मैं उदो पूछा कि भी केड़ी टेक्निक वरती जांदी है. अपना आंसर आया सेंट्रीफ्यूगेशन. हुण इत्थे इक ने आंसर दित्ता कि भाई अपना कितने गया, हाँ वॉशिंग मशीन. जो वॉशिंग मशीन तो उदो मैं याद आया जो तुम कह रहे थे मैं कपड़े धो रही. ओके थोड़ा पर्सनल हो गया. ओके जी अगला पढ़ते हैं, वट डू वी कॉल द प्रोसैस दैट सैपरेट्स अ प्योर सॉलिड इन द फॉर्म ऑफ इट्स क्रिस्टल फ्रॉम अ सोल्यूशन. असी उस प्रक्रिया नू की कहिंदे हाँ जो एक शुद्ध ठोस नू इस दे क्रिस्टल दे रूप विच एक घोल तो वक्ख करदी है, तां किहड़ा मैथड होएगा जी. हाँ यह भी गल ठीक है यार. चलो शैतान तो चलो क्या हो गया, बताओ जी ये प्रोसेस नू केड़ा किया जाता है, क्रिस्टलाइजेशन, सबलिमेशन, क्रोमेटोग्राफी या फिर डिस्टिलेशन. सब डिस्टिलेशन तुम दस देते कि क्रोमेटोग्राफी सबलिमेशन होता है जोड़ा डायरेक्ट सॉलिड तो गैस के कन्वर्ट होता है. तो रह गया क्रिस्टलाइजेशन. क्रिस्टलाइजेशन वो वाला मैथड है जिसे क्रिस्टल फॉर्म होंगे है. तो अपना आंसर की आएगा, देखो क्रिस्टल बनाने हैं एक लिक्विड के क्रिस्टल बनाने हो उस केस जो मैथड वरतिया जाता है वो क्रिस्टलाइजेशन वाला ही मैथड वरतिया जाता है. ठीक है तो अपना आंसर आ जाएगा ए पार्ट करेक्ट आंसर आ जाएगा जी. आंसर आया नहीं क्या थोड़े लोगों का. अगला पढ़ते हैं, ड्यूरिंग देयर रूल द ब्रिटिश हो गया ना अगला ये भी हो गया. इंडिया फर्स्ट टेक्निकलर फिल्म डैश इन द अर्ली 1950 वाज प्रोड्यूस्ड बाय. ये बड़ा अच्छा क्वेश्चन आएगा, बहुत ही अच्छा क्वेश्चन है यार. 1950 दे शुरू विच भारत की पहली टेक्निकलर फिल्म डैश द्वारा प्रोड्यूस की गई थी, और केड़ी फिल्म सी जी सब तो पहले. नहीं वो तो हो गए ना आंसर मोहम्मद जी. झांसी की रानी सौरभ मोदी, झांसी की रानी सर सैयद अहमद, मिर्जा गालिब सौरभ मोदी या फिर मिर्जा गालिब मुंशी प्रेमचंद. ये बड़ा अच्छा क्वेश्चन है,
ਮੈਂ ਲੈ ਕੇ ਆਊਂਗਾ ਅਗਲੇ ਹਫਤੇ ਸਟੈਟਿਕ ਜਿਹੜੇ ਇੱਕ ਧਮਾਕੇਦਾਰ ਕਲਾਸ, ਉਹਦੇ ਵਿੱਚ ਬਥੇਰੇ ਕੁਸ਼ਚਨ ਆਣਗੇ, ਇੱਕਦਮ ਨਵੇਂ ਵਾਲੇ ਕੁਸ਼ਚਨ ਆਣਗੇ ਦੇਖਣਾ। ਏ ਪਾਰਟ ਡੀ ਪਾਰਟ ਮਿਰਜ਼ਾ ਗਾਲਿਬ ਜਾਂ ਫਿਰ ਝਾਂਸੀ ਕੀ ਰਾਣੀ, ਔਰ ਝਾਂਸੀ ਕੀ ਰਾਣੀ ਜਿਹੜੀ ਸੀਗੀ ਉਹ ਕਿੰਨਾ ਵੱਲੋਂ ਪ੍ਰੋਡਿਊਸ ਕੀਤੀ ਗਈ ਸੀ, ਸੌਰਵ ਮੋਦੀ ਵੱਲੋਂ ਜਾਂ ਫਿਰ ਸਰ ਸੈਯਦ ਅਹਿਮਦ ਵੱਲੋਂ। ਏ ਪਾਰਟ, ਏ ਪਾਰਟ ਤੋਂ ਕਰੈਕਟ ਆਂਸਰ ਹੈ ਏ ਪਾਰਟ, ਬਿਲਕੁਲ ਜੀ। ਓਕੇ, ਤੋ ਝਾਂਸੀ ਕੀ ਰਾਣੀ ਜਿਹੜੀ ਸੀਗੀ ਉਹ ਪਹਿਲੀ ਵਾਲੀ ਫਿਲਮ ਸੀਗੀ ਔਰ ਸੌਰਵ ਮੋਦੀ ਵੱਲੋਂ ਕਰੀ ਗਈ ਸੀਗੀ। ਹੂ ਰੋਟ ਦ ਬੁੱਕ ਇੰਡੀਆ ਵਿਨਸ ਫਰੀਡਮ, ਇਹ ਕਿਸਦੀ ਬੁੱਕ ਹੈ ਜੀ? Who wrote the book India Wins the Freedom? ਲੱਗ ਰਿਹਾ, ਬਿਲਕੁਲ ਲੱਗ ਰਿਹਾ ਉਹ ਪਿੱਛੇ ਜ਼ਿਆਦਾ ਚਲੇ ਗਏ ਲੱਗਦਾ। India Wins the Freedom ਕਿਸ ਦੀ ਹੈ ਜੀ? ਅਬਦੁਲ ਕਲਾਮ ਆਜ਼ਾਦ, ਏ ਬੀ ਵਾਜਪਾਈ, ਅਮਿਤਾਭ ਘੋਸ਼ ਜਾਂ ਫਿਰ ਅਖਿਲੇਸ਼? ਸੀ ਸੀ ਸੀ, ਫਸਟ ਐਜੂਕੇਸ਼ਨ ਮਿਨਿਸਟਰ। ਓਕੇ, ਤੋ ਅਬਦੁਲ ਕਲਾਮ ਆਜ਼ਾਦ, ਕਰੈਕਟ। ਵਿਚ ਆਫ ਦ ਫਾਲੋਇੰਗ ਇਜ਼ ਅ ਪਾਰਟ ਆਫ ਚਾਲਕੋਜਨ ਗਰੁੱਪ ਆਫ ਦ ਮਾਡਰਨ ਪੀਰੀਓਡਿਕ ਟੇਬਲ? ਚਾਲਕੋਜਨ ਦਾ ਪਾਰਟ ਬਤਾਓ ਜੀ, ਬੋਰੋਨ, ਟਿਨ, ਲੈਡ ਜਾਂ ਫਿਰ ਆਕਸੀਜਨ? ਅਗਰ ਜੇ ਮਾਡਰਨ ਪੀਰੀਓਡਿਕ ਟੇਬਲ ਦੀ ਗੱਲ ਕਰੀ ਜਾਵੇ ਤਾਂ ਉਹਦੇ ਵਿੱਚ ਚਾਲਕੋਜਨ ਦਾ ਪਹਿਲਾ ਐਲੀਮੈਂਟ ਜਿਹੜਾ ਹੋਏਗਾ, ਜਾਂ ਚਾਲਕੋਜਨ ਵਾਲਾ ਐਲੀਮੈਂਟ ਦੱਸੋ ਕਿਹੜਾ ਹੈਗਾ ਇਹਨਾਂ ਦੇ ਵਿੱਚੋਂ, ਬੋਰੋਨ, ਟਿਨ, ਲੈਡ ਜਾਂ ਫਿਰ ਆਕਸੀਜਨ? ਚਾਲਕੋਜਨ ਮਤਲਬ ਗਰੁੱਪ 16, ਚਾਲਕੋਜਨ ਦਾ ਮਤਲਬ ਹੁੰਦਾ ਗਰੁੱਪ ਨੰਬਰ 16, ਹੈਲੋਜਨ ਦਾ ਮਤਲਬ ਹੁੰਦਾ ਗਰੁੱਪ ਨੰਬਰ 17, ਬਤਾ ਦੋ ਜੀ। ਆ ਗਿਆ ਯਾਦ? ਓਕੇ, ਤੋ ਇਸਦਾ ਆਂਸਰ ਜਿਹੜਾ ਆ ਜਾਏਗਾ ਐਗਜੈਕਟਲੀ ਉਹ ਆ ਜਾਏਗਾ ਆਕਸੀਜਨ ਵਾਲਾ, ਕਰੈਕਟ ਆਂਸਰ ਆ ਜਾਊਗਾ ਜੀ। ਠੀਕ ਹੈ, ਆਕਸੀਜਨ ਹੈਗਾ ਸਾਡਾ ਚਾਲਕੋਜਨ ਦਾ ਮੈਂਬਰ, ਚਾਲਕੋਜਨ ਦਾ ਹੈਵੀ ਮੈਂਬਰ ਹੁੰਦਾ, ਸਲਫਰ ਹੁੰਦਾ ਆਪਣਾ, ਹੋਰ ਆਕਸੀਜਨ ਸਲਫਰ SCTE ਚਾਰ ਹੁੰਦੇ ਆ। ਇੰਡੀਆ ਹੈਜ਼ ਦ ਲਾਰਜੈਸਟ ਡਿਪੋਜ਼ਿਟ ਆਫ ਡੈਸ਼ ਇਨ ਦ ਵਰਲਡ, ਭਾਰਤ ਵਿੱਚ, ਦੁਨੀਆ ਵਿੱਚ ਡੈਸ਼ ਦਾ ਸਭ ਤੋਂ ਵੱਡਾ ਭੰਡਾਰ ਹੈ, ਗੋਲਡ, ਕਾਪਰ, ਮਿੱਕਾ ਜਾਂ ਫਿਰ ਨਨ ਆਫ ਦੀ ਅਬਵ? ਓ ਟੂ, ਅੱਛਾ ਭਾਰਤ ਵਿੱਚ ਬਤਾ ਦੋ ਜੀ, ਇੰਡੀਆ ਹੈਜ਼ ਮਾਈਕਾ। ਓਕੇ, ਤੋ ਬਿਲਕੁਲ ਜੀ ਮਿੱਕਾ। ਹੂ ਰੋਟ ਦ ਬੁੱਕ ਐਂਡ ਆਟੋਬਾਇਓਗ੍ਰਾਫੀ, ਆਟੋਬਾਇਓਗ੍ਰਾਫੀ ਕਿਸਨੇ ਲਿਖੀ ਸੀ? ਸਰਦਾਰ ਪਟੇਲ, ਜਵਾਹਰ ਲਾਲ ਨਹਿਰੂ, ਅਟਲ ਬਿਹਾਰੀ ਵਾਜਪਾਈ ਜਾਂ ਫਿਰ ਐਸ ਰਾਧਾ ਕ੍ਰਿਸ਼ਨ? ਓਕੇ, ਮਿੱਕਾ ਸਿੰਘ। ਹੂ ਰੋਟ ਦ ਬੁੱਕ ਐਂਡ ਆਟੋਬਾਇਓਗ੍ਰਾਫੀ? ਕਰਾਓ ਯਾਰ ਸੈਸ਼ਨ ਨੂੰ ਸ਼ੇਅਰ ਕਰੋ, ਦੁਬਾਰਾ ਪਾ ਦਿਓ। ਮੁਹੰਮਦ ਜੀ ਤੁਹਾਡਾ ਦਿਲ ਨਹੀਂ ਲੱਗ ਰਿਹਾ ਹੋਣਾ, ਦੁਬਾਰਾ ਕਲਾਸ ਨੂੰ ਸ਼ੇਅਰ ਕਰੋ। ਸੀ ਪਾਰਟ, ਬੀ ਪਾਰਟ। ਓਕੇ, ਆਟੋਬਾਇਓਗ੍ਰਾਫੀ ਜਿਹੜੀ ਹੈਗੀ ਉਹ ਜਵਾਹਰ ਲਾਲ ਨਹਿਰੂ ਜੀ ਦੀ ਹੈ, ਜਵਾਹਰ ਲਾਲ ਨਹਿਰੂ ਜੀ ਦੀ ਹੈ ਆਟੋਬਾਇਓਗ੍ਰਾਫੀ। ਅਗਲਾ ਪੜ੍ਹਦੇ ਹਾਂ ਜੀ। ਸਟੱਡੀ ਆਫ ਲਾਈਫ ਇਨ ਆਊਟਰ ਸਪੇਸ ਇਜ਼ ਨੋਨ ਐਜ਼, ਬਾਹਰੀ ਪੁਲਾੜ ਵਿੱਚ ਜੀਵਨ ਦੇ ਅਧਿਐਨ ਨੂੰ ਇਸ ਤਰ੍ਹਾਂ ਜਾਣਿਆ ਜਾਂਦਾ ਹੈ, ਕਿਸ ਤਰ੍ਹਾਂ? ਐਂਡ ਬਾਇਓਲੋਜੀ, ਐਗਜ਼ੋਬਾਇਓਲੋਜੀ, ਐਂਟਰ ਬਾਇਓਲੋਜੀ ਜਾਂ ਫਿਰ ਨਿਓ ਬਾਇਓਲੋਜੀ? ਐਗਜ਼ੋਬਾਇਓਲੋਜੀ, ਐਗਜ਼ੈਕਟਲੀ ਜੀ, ਐਗਜ਼ੋਬਾਇਓਲੋਜੀ। ਵਿਚ ਆਫ ਦ ਫੋਲੋਇੰਗ, ਓਕੇ ਤਾਂ ਹੋ ਗਿਆ, ਅਗਲਾ ਬਤਾਓ ਜੀ, ਇਹਨਾਂ ਚੋਂ ਕਿਹੜੀ ਸਟੇਟਮੈਂਟ ਸਹੀ ਹੈ? ਟੂਥ ਐਨਾਮਲ ਇਜ਼ ਮੇਡ ਅਪ ਆਫ ਕੈਲਸ਼ੀਅਮ ਫਾਸਫੇਟ,
tooth decay starts when the pH of mouth is lower than 5.5, both A and B या फिर none. ये दस दो इधर कीड़ा आंसर करेक्ट आऊंगा जी. Choose the correct statement. Tooth enamel is made up of calcium phosphate. जिधे tooth मतलब जिधे है गया है वो calcium phosphate दे बने होंगे हैं. कितने इतना थे which decay start हो जाएगा जब तो pH of mouth lower हो जाए 5.5 तो यानी कि ज़्यादा जी acidic आ जाएगा. बताओ जी क्या दोनों statement है true है या फिर रहना चुको ही नहीं. तो करेक्ट आंसर जेड़ा आऊगा इधर बोथ ए एंड बी आ जाएगा. दोनों स्टेटमेंट जेड़ी की है बिल्कुल सही है. टूथ एनामल जेड़े होंगे मेड बने के दे होंगे कैल्शियम फास्फेट दे बने होंगे ते वो खराब भी होने जांदे डिके हो जांदे टूथ जे उना दा पीएच जेड़ा है 5.5 तो कट जावेगा. अगला पढ़ दिया. व्हिच ऑफ द फॉलोइंग टेक्निक ओके ये तो हो गया. अगला सैटेलाइट लॉन्चिंग स्टेशन इज लोकेटेड एट. सैटेलाइट लॉन्चिंग स्टेशन किधे है गाइस. हरिकोटा सोलापुर सलेन या फिर वरेंगल. हाँ पढ़ लो पढ़ लो. अच्छा पास सारे मुंडे मुंडे पढ़ लेने हैं ठीक है ओके. तो ए पार्ट करेक्ट है ना. श्री हरिकोटा दे विच की हैगा सैटेलाइट लॉन्चिंग स्टेशन हैगा. अगला बताओ जी. Which of the following non-metal is used in the manufacturing of the matchsticks? Matchsticks hate likhe vichon kehdi gair dhatu di varto matches ya sticks de nirman vich kiti jandi. Carbon, nitrogen, sulfur ya phosphorus. Bada hi easy question. Padh lo carbon, nitrogen, sulfur ya fir phosphorus. बताओ जी. मैथ स्टिक दे विच जेड़ा मेटल नॉन मेटल बढ़ते जांदा आ गया वो केड़ा आ गया तो करेक्ट है ना फास्फोरस. अगला पढ़ दिया. व्हाट आर द कंपोनेंट ऑफ अ सीपीयू. सीपीयू दे कंपोनेंट्स बता दो जी. इज ज्यादा टफ क्वेश्चन है गाइस. मेनू भी पसीने आ रहे हैं इतना क्वेश्चन भारी देख के. भाई सीपीयू दे जेड़े यूनिट्स हैगे कंपोनेंट जेड़े हैगे वो केड़े-केड़े हैगे. कंट्रोल यूनिट, अरिथमेटिक लॉजिक यूनिट या फिर मेमोरी या फिर एनएचओ सारे. All, all, okay. तो all अलग correct answer आ गया. अगला पढ़ दिया. Soil acidity is generally corrected by मिट्टी दी तेजाबी पर नू आम तौर ते इस द्वारा ठीक किता जान्दा है. देखिए ठीक करना है ठीक है ना. तो proper irrigation नाल adding sodium hydroxide नाल liming दे नाल या फिर application of fertilizer दे. ये अच्छा question है जे तैयारी करते पे पटवारी दी उधे विच इधर दिस वाल आम दे है. Soil acidity वाला बताओ जी कितना सही किते जा सकती है. Liming दे नाल addition sodium hydroxide proper irrigation दे नाल या फिर application of fertilizer. देखो adding sodium hydroxide पता की है सर मैं चीज दसदा. ਆਪਾਂ ਜਦੋਂ ਆਪਣੇ ਪੇਟ ਦੇ ਵਿੱਚ ਐਸਿਡਿਟੀ ਵੱਧ ਜਾਂਦੀ ਹੈ ਅਸੀਂ ਪੀਂਦੇ ਆ ਇਨੋ. ਇਨੋ ਕੀ ਹੁੰਦਾ ਇੱਕ ਬੇਸ ਚੀਜ਼ ਹੁੰਦੀ ਹੈ. ਤਾਂ ਜਦੋਂ ਐਸਿਡ ਵੱਧ ਜਾਂਦਾ ਹੈ ਸਾਡੇ ਅੰਦਰ ਉਦੋਂ ਆਪਾਂ ਬੇਸ ਦਾ ਇਸਤੇਮਾਲ ਕਰਕੇ ਉਹਨੂੰ ਨਿਊਟਰਲ ਬਣਾ ਦਿੰਦੇ ਆ ਠੀਕ ਹੈ ਨਾ. ਉਸ ਚੀਜ਼ ਨੂੰ ਨਿਊਟਰਲ ਬਣਾ ਦਿੱਤਾ ਜਾਂਦਾ ਠੀਕ ਹੈ. ਔਰ ਜਿਹੜਾ ਸੋਡੀਅਮ ਹਾਈਡ੍ਰੋਕਸਾਈਡ ਹੁੰਦਾ ਉਹ ਵੀ ਇੱਕ ਬੇਸ ਹੀ ਹੁੰਦਾ ਹੈਗਾ NaOH ਹੀ ਹੁੰਦਾ ਹੈਗਾ. ਲੇਕਿਨ ਜਿਹੜਾ ਸੋਇਲ ਦੀ ਐਸਿਡਿਟੀ ਹੈ ਉਹ ਜਿਹੜੀ ਕਰੈਕਟ ਹੁੰਦੀ ਹੈ ਉਹ ਲਾਈਮਿੰਗ ਦੇ ਨਾਲ ਹੁੰਦੀ ਹੈ ਨਾ ਕਿ ਐਡੀਸ਼ਨ ਸੋਡੀਅਮ ਹਾਈਡ੍ਰੋਕਸਾਈਡ. ਸੋਡੀਅਮ ਹਾਈਡ੍ਰੋਕਸਾਈਡ ਕਿੱਦਾਂ ਪਾ ਦਈਦਾ ਸੀ. ਸੋਡੀਅਮ ਹਾਈਡ੍ਰੋਕਸਾਈਡ ਕਿਉਂ ਪਾਣਾ. ਅਗਲਾ ਪੜ੍ਹਦੇ ਆ ਜੀ.
In what form is the data expressed in a digital computer? Binary, tertiary, primary या फिर secondary? एक digital computer विच data नो किस रूप विच दर्शाया जाता है? हाँ जी आंसर लाइमिंग बाइनरी बाइनरी ओके तो बाइनरी होता है ना क्वींसलैंड एंड नॉर्दर्न टेरिटरी एरियल सर्विसेज इज एन इंटरनेशनल एयरलाइन ऑफ चलिए ये देख दिया किन्ने ने जहाजा दे विच सफर करया होया ते किन्ने नु जहाजा बारे माड़ा मोटा पता आ गया क्वींसलैंड अते उत्तरी खित्ते दे हवाई सेवा एक अंतरराष्ट्रीय एयरलाइन है केड़ी केड़ी जगह दी अफगानिस्तान बेल्जियम ईस्ट अफ्रीका या फिर ऑस्ट्रेलिया ऑस्ट्रेलिया ओके ऑस्ट्रेलिया ऑस्ट्रेलिया बहुत बढ़िया ऑस्ट्रेलिया अगला जी शौर्य चक्र मेड अप ऑफ ब्रॉन्ज इज अवार्डेड फॉर बताओ जी एक काद लिए अवार्ड किया जाता है शौर्य चक्र जड़ा होता है मेड अप ऑफ ब्रॉन्ज बनया होता है इज अवार्डेड फॉर गैलेंट्री अदरवाइज देन इन द फेस ऑफ द एनिमी मोस्ट कॉन्स्पिशियस ब्रेवरी फॉर सम एक्ट ऑफ सेल्फ सैक्रिफाइस गैलेंट्री इन द प्रेजेंस ऑफ द एनिमी बताओ ये देख दिया जी किन्ने नु पता ओके मतलब ਤੁਸੀਂ ਇਸ ਪੇਪਰਾਂ ਤੋਂ ਬਾਅਦ ਕੈਨੇਡਾ ਦਾ ਜਹਾਜ਼ ਹੀ ਚੜੋਗੇ ਲੱਗਦਾ ਫਿਰ ਕੈਨਬਰਾ ਤੋਂ ਇਸ ਦਾ ਆਨਸਰ ਕਿਹੜਾ ਆਊਗਾ ਇਸ ਦਾ ਆਨਸਰ ਚਲੋ ਇਸ ਦਾ ਆਨਸਰ ਤੁਹਾਡੇ ਲਈ ਹੋਮਵਰਕ ਦਿੱਤਾ ਇਹਦਾ ਆਨਸਰ ਤੁਹਾਡੇ ਲਈ ਹੋਮਵਰਕ ਹੈ ਤੁਸੀਂ ਲੋਕ ਮੈਨੂੰ ਦੱਸੋਗੇ ਕਮੈਂਟ ਬਾਕਸ ਦੇ ਵਿੱਚ ਛੱਡ ਕੇ ਜਾਓਗੇ ਵੀ ਸ਼ੌਰਯ ਚੱਕਰ ਜਿਹੜਾ ਹੈਗਾ ਉਹ ਕਾਹਦੇ ਲਈ ਦਿੱਤਾ ਜਾਂਦਾ ਠੀਕ ਹੈ ਤੁਹਾਡਾ ਕੰਮ ਹੈਗਾ ਸ਼ੌਰਯ ਚੱਕਰ ਕਾਹਦੇ ਲਈ ਕਰੋ ਜ਼ਰਾ ਸਰਚ ਵਗੈਰਾ ਕਰਿਆ ਕਰੋ ਤੇ ਮੈਂ ਅੱਧੇ ਅੱਗੇ ਆ ਗਿਆ ਠੀਕ ਹੈ ਮੈਂ ਤੁਹਾਨੂੰ ਨਹੀਂ ਦਿਖਾਊਂਗਾ ਕਿ ਵੀ ਕਾਹਦੇ ਲਈ ਹੈਗਾ ਹਾਂ ਚਲੋ ਟਰਾਈ ਕਰਨਾ ਇਹਨੂੰ ਸ਼ੇਅਰਸ ਵਿਦ ਅ ਫਿਕਸਡ ਰੇਟ ਆਫ ਡਿਵਾਈਡੈਂਡ ਦੈਟ ਇੰਟਾਈਟਲ ਦੇਅਰ ਹੋਲਡਰ ਸੁਪੀਰੀਅਰਟੀ ਪੇਮੈਂਟ ਓਵਰ ਦੋਸ ਹੂ ਹੋਲਡ ਆਰਡੀਨਰੀ ਸ਼ੇਅਰਸ ਆਫ ਕੰਪਨੀ ਆਰ ਕਾਲਡ ਇਹ ਥੋੜਾ ਕੁਐਸਚਨ ਜਿਹੜਾ ਆ ਗਿਆ ਹੁਣ ਥੋੜਾ ਜਿਹਾ ਇਕਨੋਮਿਕਸ ਬੇਸਡ ਕੁਐਸਚਨ ਆ ਗਿਆ ਜੀ ओके ना दसो जी कमेंट बॉक्स से जरूर आंसर छाड़ के जाना पर शौर्य चक्र इज डैश इज अवॉर्डेड फॉर डैश वीडियो दे 58 मिनट दे विच नहीं 57 मिनट दे विच आ वाला क्वेश्चन मिल जाऊगा तानू ये थोड़ा इकोनॉमिक्स रिलेटेड टर्म है ये बताओ जी की कहा जाऊगा ए वाला प्रेफरेंस शेयर बुल बेयर या फिर शेयर होल्डर ਪੰਜਾਬੀ ਪੜ੍ਹ ਲਓ ਲਾਭਾਂਸ਼ ਦੀ ਇੱਕ ਨਿਯਤ ਦਰ ਵੇਲੇ ਸ਼ੇਅਰ ਜੋ ਆਪਣੇ ਧਾਰਕਾਂ ਨੂੰ ਉਹਨਾਂ ਲੋਕਾਂ ਨਾਲ ਤਰਜੀਹੀ ਭੁਗਤਾਨ ਕਰਨ ਦੇ ਹੱਕਦਾਰ ਬਣਾਉਂਦੇ ਹਨ ਜਿਨ੍ਹਾਂ ਕੋਲ ਕਿਸੇ ਕੰਪਨੀ ਦੇ ਸਧਾਰਨ ਸ਼ੇਅਰ ਹੁੰਦੇ ਹਨ ਉਹਨਾਂ ਨੂੰ ਕਿਹਾ ਜਾਂਦਾ ਹੈ ਡੈਸ਼ ਪ੍ਰੈਫਰੈਂਸ ਸ਼ੇਅਰ ਕਿਆ ਆਉਣਾ ਚਾਹੀਦਾ ਬੀ ਨਹੀਂ ਪ੍ਰੈਫਰੈਂਸ ਸ਼ੇਅਰ ਆਊਗਾ ਜੀ ਇਹਦਾ ਆਨਸਰ ਪ੍ਰੈਫਰੈਂਸ ਸ਼ੇਅਰ ਥਾਂਗਟਾ ਵਾਲਾ ਹੋ ਗਿਆ ਸ਼ੰਕਰਾਚਾਰਿਆ ਵਾਜ਼ ਦਾ ਫਾਊਂਡਰ ਆਫ ਸ਼ੰਕਰਾਚਾਰਿਆ ਜਿਹੜੇ ਸੀਗੇ ਉਹ ਫਾਊਂਡਰ ਕਿਸ ਚੀਜ਼ ਦੇ ਸੀਗੇ ਬੁੱਧੀਜ਼ਮ ਜੈਨਿਜ਼ਮ ਆਰੀਆ ਸਮਾਜ ਜਾਂ ਫਿਰ ਅਦਵੈਤਿਕ ਫਿਲਾਸਫੀ ਇਹ ਪਾਠ ਸ਼ੰਕਰਾਚਾਰਿਆ ਸ਼ੰਕਰਾਚਾਰਿਆ ਕਾਹਦੇ ਫੇਮਸ ਸੀਗੇ ਜੀ ਉਹ ਸ਼ੰਕਰਾਚਾਰਿਆ ਜੀ ਕਾਹਦੇ ਲਈ ਫੇਮਸ ਸੀ ਵਾਜ਼ ਫਾਊਂਡਰ ਹਾਂਜੀ ਜਿਨਕਾ ਅਭੀ ਅਭੀ ਨਿਧਨ ਹੋ ਗਿਆ ਹੈ ਰਕੇਸ਼ ਝੁੰਝੁਨਵਾਲਾ ਤੋਂ ਡੀ 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 ਹਾਂਜੀ ਸ਼ੰਕਰਾਚਾਰਿਆ ਜਿਹੜੇ ਸੀਗੇ ਉਹ ਅਦਵੈਤਿਕ ਫਿਲਾਸਫੀ ਦੇ ਸੀਗੇ ਜੀ ਫਾਊਂਡਰ ਰੈਗੂਲਰ ਮੀਟਿੰਗ ਆਫ ਟਰਸਟੀਸ਼ਿਪ ਕੌਂਸਲ ਯੂ ਐਨ ਓ ਆਰ ਹੈਲਡ
ਕਦੋਂ ਹੁੰਦੀ ਹੈ ਜੀ? ਰੈਗੂਲਰ ਮੀਟਿੰਗ ਜਿਹੜੀ ਹੁੰਦੀ ਹੈ ਕਿਸ ਦੀ? ਟਰਸਟੀਸ਼ਿਪ ਕਾਉਂਸਿਲ ਆਫ ਯੂਐਨਏ ਆਰ ਹੈਲਡ ਕਿੰਨੇ ਸਾਲ ਬਾਅਦ? ਵਾਂਸ ਅ ਈਅਰ, ਟਵਾਈਸ ਅ ਈਅਰ, ਥ੍ਰਾਈਸ ਅ ਈਅਰ ਜਾਂ ਫਿਰ ਫੋਰ ਟਾਈਮਸ ਅ ਈਅਰ? ਕਰੋ ਯਾਰ ਸੈਸ਼ਨ ਨੂੰ ਸ਼ੇਅਰ ਕਰੋ, ਹਾਂ ਮਜ਼ਾ ਆਊਗਾ ਥੋੜ੍ਹਾ ਹੋਰ ਸੈਸ਼ਨ ਨੂੰ ਆਪਾਂ ਸ਼ੇਅਰ ਕਰਦੇ ਹਾਂ। ਐਡੇ ਜ਼ਿਆਦਾ ਕੁਸ਼ਚਨ ਹੈਗੇ ਸਾਡੇ ਕੋਲ ਸਟ੍ਰੈਟੇਜੀ ਦੇ, ਸਟਾਰਟਿੰਗ ਵਾਲੇ ਕੁਸ਼ਚਨ ਤੁਸੀਂ ਦੇਖਿਆ ਹੋਏਗਾ ਤੁਹਾਡੇ ਲੋਕਾਂ ਦੇ ਹੋੜ ਹੀ ਪਾਏ ਸੀਗੇ, ਬੜੇ ਕਨਫਿਊਜ਼ਨ ਵਾਲੇ ਹੋ ਰਹੇ ਸੀਗੇ, ਲੇਕਿਨ ਹੁਣ ਦੇ ਕੁਸ਼ਚਨ ਜੇ ਤੁਹਾਡੇ ਤੋਂ ਹੋ ਪਾ ਰਹੇ ਤਾਂ ਪਲੀਜ਼ ਸੈਸ਼ਨ ਨੂੰ ਵੀ ਸ਼ੇਅਰ ਕਰੋ। ਹਲੇ ਬਥੇਰੀ ਕਲਾਸ ਹੋਈ ਆ, ਅੱਧੇ ਘੰਟਾ ਆਪਾਂ ਆਰਾਮ ਨਾਲ ਲਗਾ ਸਕਦੇ ਹਾਂ ਇਸ ਕਲਾਸ ਦੇ ਵਿੱਚ। ਮੈਂ ਫਿਰ ਤੋਂ ਪਰੇ ਹਟ ਜਾਂਦਾ, ਜਿਹੜੀ ਟਰਸਟੀਸ਼ਿਪ ਕਾਉਂਸਲ ਦੀ ਜਿਹੜੀ ਮੀਟਿੰਗ ਹੈ ਉਹ ਕਦੋਂ ਹੁੰਦੀ ਹੈ ਜੀ? ਵਾਂਸ, ਟਵਾਈਸ, ਥ੍ਰਾਈਸ ਜਾਂ ਫਿਰ ਚਾਰ ਟਾਈਮ? ਓਕੇ, ਇਹ ਸਾਰੇ ਨਹੀਂ ਪਤਾ, ਤਾਂ ਇਹ ਦਰਅਸਲ ਹੁੰਦੀ ਹੈ ਟਵਾਈਸ ਅ ਈਅਰ। ਰੇਡੀਓਐਕਟਿਵ ਸਬਸਟੈਂਸਿਸ ਕੈਨ ਬੀ ਪ੍ਰੋਡਿਊਸ ਰੈਡਲੀ ਇਨ, ਰੇਡੀਓਐਕਟਿਵ ਪਦਾਰਥਾਂ ਨੂੰ ਆਸਾਨੀ ਨਾਲ ਪੈਦਾ ਕੀਤਾ ਜਾ ਸਕਦਾ ਹੈ ਕਿਹਦੇ ਨਾਲ? ਇਲੈਕਟ੍ਰੋਨ ਗਨ ਦੇ ਨਾਲ, ਐਟੋਮਿਕ ਪਾਇਲ ਦੇ ਨਾਲ, ਟ੍ਰਾਂਜ਼ਿਸਟਰ ਦੇ ਨਾਲ ਜਾਂ ਫਿਰ ਵਿਲਸਨ ਕਲਾਉਡ ਚੈਂਬਰ ਦੇ ਨਾਲ? ਰੇਡੀਓਐਕਟਿਵ ਸਬਸਟੈਂਸਿਸ ਕੈਨ ਬੀ ਪ੍ਰੋਡਿਊਸ ਈਜ਼ੀਲੀ ਇਨ, ਇਲੈਕਟ੍ਰੋਨ ਗਨ ਦੇ ਨਾਲ ਬਣਾਇਆ ਜਾਂਦੀ ਹੈ ਕਿਆ ਰੇਡੀਓਐਕਟਿਵ ਸਬਸਟੈਂਸ? ਅੱਛਾ ਕੁਐਸਚਨ ਹੈ ਰੇਡੀਓਐਕਟਿਵ ਦੇ ਉੱਤੇ। ਸੈਸ਼ਨ ਨੂੰ ਲਾਈਕ ਕਰ ਦਿਓ ਯਾਰ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਹੁੰਦਾ। ਬਾਕੀ ਕਰ ਲਓ, ਬਾਕੀ ਕੋਸ਼ਿਸ਼ ਕਰ ਲਓ। ਓਕੇ, ਤੋ ਇਹਦਾ ਆਨਸਰ ਜਿਹੜਾ ਆਏਗਾ ਉਹ ਆਏਗਾ ਐਟੋਮਿਕ ਪਾਇਲ, ਠੀਕ ਹੈ ਜੀ? ਐਟੋਮਿਕ ਪਾਇਲ ਵਾਲਾ ਕਰੈਕਟ ਆਨਸਰ ਹੁੰਦਾ ਇਹਦਾ, ਗੰਦੇ ਨਾਲ ਨਹੀਂ, ਗੰਦੇ ਨਾਲ ਨਹੀਂ ਹੁੰਦਾ, ਐਟੋਮਿਕ ਪਾਇਲ ਦੇ ਨਾਲ ਹੁੰਦਾ। ਪ੍ਰੋਫਿਟ ਮੇਡ ਵੈਨ ਐਨ ਏਸੈਟ ਇਜ਼ ਸੋਲਡ ਮੋਰ ਦੈਨ ਦਾ ਪ੍ਰਾਈਸ ਐਟ ਵਿਚ ਇਟ ਵਾਸ ਬਰੋਟ ਇਜ਼ ਕਾਲਡ। ਇਹ ਵੀ ਥੋੜਾ ਕੁਆਂਟ ਦਾ ਕੁਐਸਚਨ ਹੈ, ਲੇਕਿਨ ਕੁਆਂਟ ਦੇ ਵਿੱਚ ਕੁਝ ਹੋਰ ਚੀਜ਼ ਆ ਜਾਂਦੀ ਹੈ, ਇਹ ਇਕਨੋਮਿਕਸ ਦੇ ਨਾਲ ਹੈਗਾ ਕੁਐਸਚਨ। ਦੱਸੋ ਜ਼ਰਾ ਇਹਦਾ ਆਨਸਰ ਕੀ ਆਉਣਾ ਚਾਹੀਦਾ? ਪ੍ਰੋਫਿਟ ਮੇਡ ਵੈਨ ਐਨ ਐਸੈਟ ਇਜ਼ ਸੋਲਡ ਮੋਰ ਦੈਨ ਦਾ ਪ੍ਰਾਈਸ ਐਟ ਵਿਚ ਇਟ ਵਾਸ ਬਰੋਟ ਇਜ਼ ਕਾਲਡ ਕੈਪੀਟਲ, ਕੈਪੀਟਲ ਗੇਨ, ਕੈਪੀਟਲਿਜ਼ਮ ਜਾਂ ਫਿਰ ਨਨ ਆਫ ਦੀ ਅਬਵ। ਬੀ ਪਾਰਟ, ਕੈਪੀਟਲ ਗੇਨ। ਓਕੇ, ਤੋ ਕਰੈਕਟ ਆਨਸਰ ਇਜ਼ ਕੈਪੀਟਲ ਗੇਨ। ਜੇ ਆਪਾਂ ਮੈਥ ਦੇ ਵਿੱਚ ਗੱਲ ਕਰਦੇ ਤਾਂ ਉਹਨੂੰ ਕੋਸਟ ਪ੍ਰਾਈਸ ਕਹਿ ਦਿੰਦੇ ਹੁੰਦੇ ਸੀਗੇ, ਹੈ ਨਾ ਜੀ? ਮੈਥ ਦੇ ਵਿੱਚ ਇਹਨੂੰ ਕੋਸਟ ਪ੍ਰਾਈਸ ਕਹਿ ਦਈਦਾ ਸੀਗਾ। ਰਾਜੀਵ ਗਾਂਧੀ ਪ੍ਰਾਈਮ ਮਿਨਿਸਟਰ ਆਫ ਇੰਡੀਆ ਵਾਜ ਅਸੈਸੀਨੇਟਡ ਇਨ, ਭਾਰਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਕਤਲ ਕਰ ਦਿੱਤਾ ਗਿਆ ਸੀ ਕਿਹੜੇ ਸਾਲ? 1961, 71, 81 ਜਾਂ ਫਿਰ 91? ਆਪਸ਼ਨ ਤਾਂ ਵੈਸੇ ਹੀ ਹੋ ਜੂਗਾ, ਇਹ ਤਾਂ ਐਸੇ ਤਾਂ ਨਾਲ ਨਾਲ ਦੇ ਈਅਰਸ ਹੈ ਹੀ ਨਹੀਂ ਗਏ, ਕੰਜੈਕਟਿਵ ਈਅਰਸ ਹੁੰਦੇ ਤਦ ਫਿਰ ਵੀ ਆਪਾਂ ਫਸ ਸਕਦੇ ਸੀਗੇ। 1961, 71, 81, 91, ਕਿੰਨੀਆਂ ਆਪਸ਼ਨ ਆ ਗਈਆਂ? ਮੈਕਸੀਮਮ ਜਿਹੜਾ ਡਿਫਰੈਂਸ ਹੈਗਾ ਉਹ 30 ਈਅਰਸ ਆ ਗਿਆ ਐਕਚੁਅਲ ਦੇ ਨਾਲੋਂ, ਤੋ ਐਗਜੈਕਟਲੀ ਜੀ 1991 ਵਾਲਾ ਕਰੈਕਟ ਆਨਸਰ ਆ ਜੂਗਾ ਜੀ। ਰਵਿੰਦਰਨਾਥ ਟੈਗੋਰ ਰਿਸੀਵ ਨੋਬਲ ਪ੍ਰਾਈਜ਼ ਇਨ ਦਾ 1930 ਇਨ ਦਾ ਫੀਲਡ ਆਫ ਫਿਜ਼ਿਕਸ, ਪੀਸ, ਲਿਟਰੇਚਰ ਜਾਂ ਫਿਰ ਇਕਨੋਮੀ? ਇੱਕ ਹੋਰ ਕੁਐਸਚਨ, ਈਜ਼ੀ ਵਾਲਾ ਕੁਐਸਚਨ ਦੱਸ ਦਿਓ, ਸਾਰੇ ਜਾਣੇ ਦੱਸ ਦਿਓ ਇਹਦਾ ਵੀ। ਰਵਿੰਦਰਨਾਥ ਟੈਗੋਰ ਜੀ ਨੂੰ ਨੋਬਲ ਪ੍ਰਾਈਜ਼ ਮਿਲਦਾ ਹੈਗਾ 1913 ਦੇ ਵਿੱਚ, ਉਹਨਾਂ ਦੀ ਫੀਲਡ ਕਿਹੜੀ ਸੀਗੀ? ਕਿਹੜੀ ਫੀਲਡ ਦੇ ਵਿੱਚ ਮਿਲਿਆ ਸੀਗਾ? ਫਿਜ਼ਿਕਸ ਦੇ ਵਿੱਚ, ਪੀਸ ਦੇ ਵਿੱਚ, ਲਿਟਰੇਚਰ ਜਾਂ ਫਿਰ ਇਕਨੋਮੀ? ਲਿਟਰੇਚਰ, ਐਗਜੈਕਟਲੀ ਜੀ ਲਿਟਰੇਚਰ। ਅਗਲਾ ਪੜ੍ਹਦੇ ਹਾਂ, ਸਟੀਲ ਇਜ਼ ਮੋਰ ਇਲਾਸਟਿਕ ਦੈਨ ਰਬਰ ਬਿਕੋਜ਼। ਇਹ ਨਾ ਤੁਹਾਨੂੰ ਮੈਂ ਦੱਸਾਂ, ਇਹ ਸਾਇੰਸ ਵਾਲੇ ਸਟੂਡੈਂਟ ਜਿਹੜੇ ਹੁੰਦੇ ਨਾ ਉਹਨਾਂ ਨੂੰ ਪਤਾ ਹੁੰਦਾ, 11ਵੀਂ ਦੇ ਵਿੱਚ ਬੜਾ ਕੁਐਸਚਨ ਆਉਂਦਾ ਕਿ ਵੀ ਸਟੀਲ ਜਿਹੜਾ ਹੈਗਾ ਉਹ ਜ਼ਿਆਦਾ ਇਲਾਸਟਿਕ ਹੁੰਦਾ ਰਬੜ ਦੇ ਨਾਲੋਂ। ਕਮਰਸ ਵਾਲੇ, ਆਰਟਸ ਵਾਲਿਆਂ ਨੇ ਜਦੋਂ ਆਹ ਕੁਐਸਚਨ ਹੁੰਦੇ ਆ ਉਹਨਾਂ ਦੇ ਹੇਠਾਂ ਜ਼ਮੀਨੋਂ ਖਿਸਕ ਜਾਂਦੀ ਹੈ, ਇਹ ਲਿਟਰਲੀ ਹੁੰਦਾ ਇਹ ਚੀਜ਼।
ਕਿ ਵੀ ਯਾਰ ਸਰ ਸਟੀਲ ਜਿਹੜਾ ਹੈਗਾ ਉਹ ਜ਼ਿਆਦਾ ਇਲਾਸਟਿਕ ਹੁੰਦਾ ਰਬੜ ਦੇ ਨਾਲੋਂ, ਇੱਦਾਂ ਕਦੋਂ ਹੁੰਦਾ? ਇਹ ਦਰਅਸਲ ਆਪਾਂ ਐਗਜੈਕਟ ਚੀਜ਼ ਹੈਗੀ ਹੈ, 11ਵੀਂ ਦੇ ਵਿੱਚ ਫਿਜ਼ਿਕਸ ਦੇ ਵਿੱਚ ਜਦੋਂ ਆਉਂਦੇ ਨਾ ਮਤਲਬ ਪ੍ਰੂਫ ਵੀ ਪੜ੍ਹਦੇ ਆ ਸਾਰੀ ਚੀਜ਼ਾਂ। ਤੇ ਬਤਾਓ ਇਹਦਾ ਕਾਰਨ ਕੀ ਹੈਗਾ ਜੀ? ਸਟੀਲ ਕਾ ਤੋਂ ਜ਼ਿਆਦਾ ਇਲਾਸਟਿਕ ਹੈਗਾ ਰਬੜ ਦੇ ਨਾਲੋਂ। ਇਟਸ ਡੈਂਸਿਟੀ ਇਜ਼ ਹਾਈ, ਇਟ ਇਜ਼ ਅ ਮੈਟਲ, ਰੇਸ਼ੋ ਆਫ ਸਟ੍ਰੈਸ ਟੂ ਦ ਸਟ੍ਰੇਨ ਇਜ਼ ਮੋਰ, ਰੇਸ਼ੋ ਆਫ ਸਟ੍ਰੈਸ ਟੂ ਦ ਸਟ੍ਰੇਨ ਇਜ਼ ਲੈਸ। ਹਾਂਜੀ ਗੁੱਡ, ਸਤਿ ਸ਼੍ਰੀ ਅਕਾਲ ਜੀ ਸਹਿਜ ਜੀ। ratio of stress to the strain is less, dekho answer do hi hai, ya ta stress, dekho stress te strain de naal hi relation aana hai, dono faltu question, faltu option hai, density is high, metal, stress te strain do terms hundi hai, theek hai, do terms hai sade ko physics de vich, agar read karna physics nu ode vich stress te strain da dekhna, stress versus strain ek curve vi hundi hai, to ehda jehda answer aauga oh correct aayega c part, jehda ratio of stress to the strain hai, stress upon strain, ਇਹਦੀ ਜਿਹੜੀ ਰੇਸ਼ੋ ਆਉਂਦੀ ਹੈ ਇਹ ਜ਼ਿਆਦਾ ਆਉਂਦੀ ਹੈ, ਠੀਕ ਹੈ, ਜ਼ਿਆਦਾ ਆਉਂਦੀ ਹੈ, ਇਸੇ ਕਰਕੇ ਜਿਹੜਾ ਹੈਗਾ ਉਹ ਆਏਗਾ ਜੀ। ਅਗਲਾ ਪੜ੍ਹਦੇ ਹਾਂ, ਰਵਿੰਦਰ ਨਾਥ ਟੈਗੋਰ ਇਜ਼ ਆਲਸੋ ਨੋਨ ਐਜ਼ ਗੁਰੂ ਜੀ, ਗੁਰੂਦੇਵ, ਮਹਾਨ ਮਹਾਮਨਾ ਜਾਂ ਫਿਰ ਨੇਤਾ ਜੀ। ਰਵਿੰਦਰ ਨਾਥ ਟੈਗੋਰ ਜੀ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਗੁਰੂ ਜੀ, ਗੁਰਦੇਵ, ਮਹਾਮਨਾ ਜਾਂ ਫਿਰ ਨੇਤਾ ਜੀ, ਗੁਰੂਦੇਵ, ਯੈਸ ਜੀ, ਐਗਜੈਕਟਲੀ, ਇਹ ਤਾਂ ਬਹੁਤ ਈਜ਼ੀ ਹੈ ਨਾ, ਗੁਰੂਦੇਵ। ਅਗਲਾ, ਦ ਐਗਰੀਮੈਂਟ ਅਕੋਰਡਿੰਗ ਟੂ ਵਿਚ ਦ ਯੂਕੇ, ਦ ਯੂਐਸਏ ਐਂਡ ਦ ਫੋਰਮਰ ਯੂਐਸਐਸਆਰ ਕੰਟਰੋਲ ਅਸਿਸਟ ਅਦਰ ਕੰਟਰੀਜ਼ ਇਨ ਐਕੁਆਇਰਿੰਗ ਟੈਕਨੋਲੋਜੀ ਟੂ ਡਿਵੈਲਪ ਨਿਊਕਲੀਅਰ ਵੈਪਨ ਇਜ਼ ਨੋਨ ਐਜ਼। ਬਹੁਤ ਅੱਛਾ ਕੁਸ਼ਚਨ ਹੈ ਔਰ ਬੜਾ ਸਿੰਪਲ ਜਿਹਾ ਕੁਸ਼ਚਨ ਹੈਗਾ, ਬਤਾ ਦਿਓ ਜੀ ਇਹਦਾ ਆਂਸਰ ਕੀ ਆਊਗਾ। ਸੈਸ਼ਨ ਨੂੰ ਲਾਈਕ ਵੀ ਕਰ ਦਿਓ ਜਿਹਨਾਂ ਨੇ ਲਾਈਕ ਨਹੀਂ ਕਰਿਆ ਹੋਇਆ ਨਾ ਹਾਲੇ ਤੱਕ ਦਾ। ਕੁਸ਼ਚਨ ਨੂੰ ਪੰਜਾਬੀ ਚ ਪੜ੍ਹਨਾ ਚਾਹੁੰਦੇ ਪੰਜਾਬੀ ਚ ਪੜ੍ਹ ਲਓ। ਉਹ ਸਮਝੌਤਾ ਜਿਸ ਦੇ ਅਨੁਸਾਰ ਯੂਕੇ, ਅਮਰੀਕਾ ਅਤੇ ਸਾਬਕਾ ਯੂਐਸਐਸਆਰ ਪਰਮਾਣੂ ਹਥਿਆਰਾਂ ਨੂੰ ਵਿਕਸਿਤ ਕਰਨ ਲਈ ਟੈਕਨੋਲੋਜੀ ਪ੍ਰਾਪਤ ਕਰਨ ਵਿੱਚ ਦੂਜੇ ਦੇਸ਼ਾਂ ਦੀ ਸਹਾਇਤਾ ਨਹੀਂ ਕਰ ਸਕਦੇ, ਉਸ ਨੂੰ ਕੀ ਕਿਹਾ ਜਾਂਦਾ? ਇੱਕ ਹੈ ਨਾ ਸਮਝੌਤਾ ਹੈਗਾ, ਐਗਰੀਮੈਂਟ ਹੈਗਾ, ਉਹ ਕਿਹੜਾ ਹੋਏਗਾ ਜੀ? ਇਜ਼ਮਿਰ ਟ੍ਰੇਟੀ, ਨਿਊਕਲੀਅਰ ਨੋਨ ਪ੍ਰੋਲੀਫਰੇਸ਼ਨ ਟ੍ਰੇਟੀ ਜਾਂ ਫਿਰ ਬੋਥ ਜਾਂ ਫਿਰ ਨਨ? ਤੋ ਐਨਪੀਟੀ, ਐਨਪੀਟੀ ਕਰੈਕਟ, ਐਨਪੀਟੀ ਵਾਲਾ ਹੀ ਆਂਸਰ ਕਰੈਕਟ ਹੈਗਾ ਸਿਰਫ। ਅਗਲਾ ਦੇਖਦੇ ਹਾਂ, the red triangle symbol denotes, red triangle ਜਿਹੜਾ symbol ਹੁੰਦਾ denote, ਉਹ ਕਾਹਦੇ ਲਈ ਹੁੰਦਾ ਜੀ? red triangle, air india ਦਾ family planning, ਦਾ cultural and civilization ਜਾਂ ਫਿਰ none of the above? ਇਹਨਾਂ ਆਪਸ਼ਨ ਦੇ ਵਿੱਚੋਂ ਆਪਾਂ ਦੇਖਣਾ ਹੋਵੇ ਉਹਦਾ ਆਂਸਰ ਕੀ ਆਊਗਾ? red triangle। ਓਕੇ, ਮੈਨੂੰ ਇਹਦਾ ਬਤਾ ਦਿਓ ਆਂਸਰ। ਫੈਮਿਲੀ ਪਲੈਨਿੰਗ, ਓਕੇ, ਤੋ ਫੈਮਿਲੀ ਪਲੈਨਿੰਗ, ਐਗਜੈਕਟਲੀ ਜੀ, ਫੈਮਿਲੀ ਪਲੈਨਿੰਗ ਦਾ ਹੁੰਦਾ ਆਪਣਾ ਸਿੰਬਲ ਰੈਡ ਟ੍ਰਾਇੰਗਲ। ਰੀਪ੍ਰੋਡਕਟਿਵ ਸੈੱਲ ਇਨ ਹਿਊਮਨ ਬੀਇੰਗਸ ਆਰ ਪ੍ਰੋਡਿਊਸ, ਮਨੁੱਖਾਂ ਵਿੱਚ ਜਨਨ ਸੰਬੰਧੀ ਸੈੱਲਾਂ ਦਾ ਉਤਪਾਦਨ ਕੀਤਾ ਜਾਂਦਾ ਹੈ ਕਿੱਦਾਂ? ਇਨ ਇਜ਼ ਅ ਗ੍ਰੇਟਰ ਨੰਬਰ ਫੋਰ ਅ ਲੋਂਗਰ ਪੀਰੀਅਡ ਟਾਈਮ ਇਨ ਅ ਮੇਲ, ਫੋਰ ਅ ਲੋਂਗਰ ਪੀਰੀਅਡ ਇਨ ਦ ਫੀਮੇਲ ਦੈਨ ਇਨ ਅ ਮੇਲ, ਇਜ਼ ਇਕੁਅਲ ਨੰਬਰ ਇਨ ਬੋਥ ਦ ਸੈਕਸਸ, ਇਜ਼ ਅ ਗ੍ਰੇਟਰ ਨੰਬਰ ਇਨ ਅ ਗ੍ਰੇਟਰ ਨੰਬਰ ਬਾਏ ਦ ਫੀਮੇਲ ਦੈਨ ਬਾਏ ਦ ਮੇਲ, ਕਿਹੜਾ ਆਂਸਰ ਕਰੈਕਟ ਹੈਗਾ? ਜਿਹੜੇ ਰੀਪ੍ਰੋਡਕਟਿਵ ਸੈਲਸ ਹੈਗੇ ਆ ਹਿਊਮਨ ਬੀਇੰਗਸ ਦੇ ਵਿੱਚ, ਉਹ ਪ੍ਰੋਡਿਊਸ ਹੁੰਦੇ ਆ ਕਿਸ ਤਰੀਕੇ ਨਾਲ, ਕਿੱਦਾਂ ਹੁੰਦੇ ਆ, ਮਤਲਬ ਕਿਸ ਰੇਸ਼ੋ ਦੇ ਵਾਈਜ਼ ਆਪਾਂ ਕਹਿ ਸਕਦੇ ਹਾਂ?
ਮੇਲ ਚ ਜ਼ਿਆਦਾ ਹੁੰਦੇ ਆ, ਫੀਮੇਲ ਦੇ ਵਿੱਚ ਜ਼ਿਆਦਾ ਹੁੰਦੇ ਆ, ਟਾਫ ਆਫਟਰ ਸਮ ਟਾਈਮ ਜਾਂ ਫਿਰ ਬਰਾਬਰ ਬਰਾਬਰ ਹੁੰਦੇ ਰਹਿੰਦੇ ਆ, ਇਹ ਚੀਜ਼ ਦੱਸਣੀ ਹੈ। ਅੱਛਾ ਕੁਐਸਚਨ ਹੈਗਾ ਬਾਇਓਲੋਜੀ ਦਾ, ਰੀਪ੍ਰੋਡਕਟਿਵ ਸੈਲਸ ਇਨ ਹਿਊਮਨ ਬੀਇੰਗਸ ਆਰ ਪ੍ਰੋਡਿਊਸਡ ਇਜ਼ ਇਨ ਗ੍ਰੇਟਰ ਨੰਬਰ ਫੋਰ ਲੋਂਗਰ ਪੀਰੀਅਡ ਆਫ ਟਾਈਮ ਇਨ ਦ ਮੇਲ। ਬਈ ਬਹੁਤ ਜ਼ਿਆਦਾ ਟਾਈਮ ਦੇ ਲਈ ਹੋ ਸਕਦੇ ਆ ਮੇਲ ਦੇ ਵਿੱਚ, ਜ਼ਿਆਦਾ ਅਮਾਊਂਟ ਦੇ ਵਿੱਚ ਵੀ ਹੋ ਸਕਦੇ ਆ ਜੇ ਜ਼ਿਆਦਾ ਟਾਈਮ ਤੱਕ ਫੋਨ। ਲੋਂਗਰ ਪੀਰੀਅਡ ਦੇ ਲਈ ਫੀਮੇਲ ਦੇ ਵਿੱਚ ਮੇਲ ਦੇ ਮੁਕਾਬਲੇ ਇਕੁਅਲੀ ਨੰਬਰ, ਬਈ ਦੋਨਾਂ ਦੇ ਵਿੱਚ ਇਕੁਅਲ ਨੰਬਰ ਪ੍ਰੋਡਿਊਸ ਹੋਣਗੇ, ਤਾਂ ਇਹਦਾ ਜਿਹੜਾ ਆਂਸਰ ਆਏਗਾ ਐਗਜੈਕਟਲੀ ਏ ਪਾਰਟ ਆਏਗਾ ਜੀ, ਏ ਪਾਰਟ, ਸੀ ਪਾਰਟ ਨਹੀਂ ਆਏਗਾ। ਇਕੁਅਲ ਨਹੀਂ ਹੁੰਦਾ ਟਾਈਮ ਪੀਰੀਅਡ। ਇਜ਼ ਦ ਰੀਪ੍ਰੋਡਕਟਿਵ ਸੈੱਲ ਇਨ ਹਿਊਮਨ ਬੀਇੰਗਸ ਆਰ ਪ੍ਰੋਡਿਊਸ ਇਨ ਗ੍ਰੇਟਰ ਨੰਬਰ ਫੋਰ ਲੋਂਗਰ ਪੀਰੀਅਡ ਆਫ ਟਾਈਮ ਇਨ ਦ ਮੇਲ। ਦ ਫਸਟ ਡਿਵੈਲਪਮੈਂਟ ਫਲਾਈਟ ਆਫ SLV-3 ਟੁੱਕ ਪਲੇਸ ਔਨ। SLV-3 ਦੀ ਪਹਿਲੀ ਵਿਕਾਸ ਉਡਾਨ ਇਸ ਦਿਨ ਹੋਈ ਸੀ, ਕਿਸ ਦਿਨ ਹੋਈ ਸੀਗੀ ਜੀ? ਦ ਫਸਟ ਡਿਵੈਲਪਮੈਂਟ ਫਲਾਈਟ ਆਫ SLV-3 ਮਈ 1931, ਅਪ੍ਰੈਲ, ਦਸੰਬਰ ਜਾਂ ਫਿਰ ਦਸੰਬਰ 28। ਦ ਫਸਟ ਡਿਵੈਲਪਮੈਂਟ ਫਲਾਈਟ ਆਫ SLV-3, ਕੁਛ ਵੀ ਤੁਸੀਂ ਗੈਸ ਲਗਾਉਣਾ ਚਾਹੋ ਲਗਾ ਦਿਓ, ਇਹਦਾ ਜਿਹੜਾ ਆਂਸਰ ਆਊਗਾ ਦਰਅਸਲ May 31, 1981 ਵਾਲਾ ਆਊਗਾ ਕਰੈਕਟ ਵਾਲਾ ਆਂਸਰ। ਅਗਲਾ ਪੜ੍ਹਦੇ ਹਾਂ, ਔਨ ਵਿੱਚ ਅਮੰਗ ਦ ਫੋਲੋਇੰਗ ਡੇਟਸ, ਇਹ ਤਾਂ ਹੋ ਗਿਆ ਮਹਿਲਵਾਰੀ ਸਿਸਟਮ ਵੀ ਹੋ ਗਿਆ, ਦ ਟਰਮ ਇਹ ਵੀ ਹੋ ਗਿਆ, ਓਕੇ ਤੋ ਖਤਮ ਕਰਦੇ ਹਾਂ ਨਾ ਕਲਾਸ ਨੂੰ। ਚਲੋ ਠੀਕ ਹੈ, ਤੋ ਖਤਮ ਕਰਦੇ ਹਾਂ ਜੀ ਕਲਾਸ ਨੂੰ, ਆ ਸੀਗੀ ਅੱਜ ਦੀ ਕਲਾਸ। ਹੁਣ ਜਿਹੜੇ ਬੱਚਿਆਂ ਨੇ ਵੀ ਲੌਂਗਸਪੈਡ ਐਜੂਕੇਸ਼ਨ ਨਾਲ ਜੁੜਨ ਦੀ ਤਿਆਰੀ ਕਰਨੀ ਆ, ਹਜ਼ਾਰ ਰੁਪਏ ਦੇ ਵਿੱਚ ਤੁਸੀਂ ਕੋਰਸਿਸ ਨੂੰ ਪਰਚੇਜ ਕਰ ਲਓ, ਮੇਰੇ ਵਾਲਾ ਰੈਫਰਲ ਕੋਡ ਲਗਾ ਲਓ LP Sanchit, ਠੀਕ ਹੈ ਨਾ? ਕੁਆਂਟ ਰੀਜਨਿੰਗ 'ਚ ਪੜ੍ਹਨੀ ਚਾਹੁੰਦੇ ਹੋ ਇੱਕਦਮ ਘੈਂਟ ਵਾਲੀ, ਤਾਂ ਮੇਰਾ ਰੈਫਰਲ ਕੋਡ ਹੈਗਾ LP Sanchit, ਆਹ ਵਾਲਾ ਰੈਫਰਲ ਕੋਡ ਲਗਾਓ, ਕਲਾਸ ਨੂੰ ਕਰਦੇ ਹਾਂ ਓਵਰ ਇਸ ਵਾਰ, ਠੀਕ ਹੈ? ਕਮੈਂਟ ਬਾਕਸ 'ਚ ਕੁਛ ਆਂਸਰ ਜਿਹੜੇ ਤੁਹਾਨੂੰ ਮੈਂ ਕਿਹਾ ਸੀਗਾ ਕਰਨ ਦੇ ਲਈ, ਤੁਸੀਂ ਲੋਕਾਂ ਨੇ ਉਹ ਵਾਲੇ ਆਂਸਰ ਵੀ ਜ਼ਰੂਰ ਦੇਣੇ ਆ। ਵੈਬਸਾਈਟ ਤੇ ਚਲੇ ਜਾਣਾ, ਚਾਹੇ ਐਪਲੀਕੇਸ਼ਨ ਨੂੰ ਡਾਊਨਲੋਡ ਕਰ ਲਓ, ਜੇ ਐਸ ਆਰ ਏ ਐਗਜ਼ਾਮ ਨੂੰ ਟਾਰਗੇਟ ਕੀਤਾ ਹੈ ਤਾਂ ਤੁਸੀਂ ਲੋਕ ਪੰਜਾਬ ਕੋਰ ਬੈਚ ਨੂੰ ਪਰਚੇਜ਼ ਕਰ ਲਓ। ਔਨਲਾਈਨ ਦੀ ਜਿਹੜੀ ਫੀਸ ਹੈਗੀ ਉਹਦੀ 3000 ਹੈ, ਔਰ ਆਫਲਾਈਨ ਦੇ ਕੇਸ ਦੇ ਵਿੱਚ ਸਾਰੇ ਕੋਰਸ ਦੇ ਵਿੱਚ 1000 ਜ਼ਿਆਦਾ ਹੈ ਜੀ। ਓਕੇ ਆਲਰਾਊਂਡਰ ਜੀ ਹੁਣੇ ਆਏ ਸੀਗੇ, ਦੇਖੋ ਮੇਰੀ ਕਲਾਸ ਕੱਲ੍ਹ 9:30 ਲੱਗਣੀ ਹੈ, ਕੱਲ੍ਹ ਟੋਪਿਕ ਰਹਿਣ ਵਾਲਾ ਹੈਗਾ ਆਰਡਰ ਐਂਡ ਰੈਂਕਿੰਗ ਦਾ, ਠੀਕ ਹੈ? 9:30 ਆਰਟ ਕਲਾਸ ਲੱਗਣੀ ਹੈ, ਤਾਂ ਕੋਈ ਨਹੀਂ, ਕੱਲ੍ਹ ਮਿਲਦੇ ਆਪਾਂ, ਕੋਈ ਨਾ ਆਲਰਾਊਂਡਰ ਜੀ, ਤੁਸੀਂ ਆਲਰਾਊਂਡਰ ਹੋ ਨਾ, ਸਾਰੀ ਚੀਜ਼ਾਂ ਕਰਾਂਗੇ ਆਪਾਂ, ਕੋਈ ਨਾ। ਅਤੇ ਬੈਚਸ ਦੇ ਵਿੱਚ ਅਨਰੋਲ ਕਰਨਾ ਚਾਹੁੰਦੇ, ਬੈਚਸ ਦੇ ਵਿੱਚ ਅਨਰੋਲ ਹੋ ਜਾਓ, 2000 ਰੁਪਏ ਦੀ ਫੀਸ ਹੈਗੀ ਹੈ ਜਸਟ ਆਫਲਾਈਨ ਮੋਡ ਦੇ ਵਿੱਚ। ਜੇ ਲੁਧਿਆਣਾ ਰਹਿੰਦੇ ਹੈਗੇ ਹੋ ਜਾਂ ਲੁਧਿਆਣਾ ਦੇ ਕੋਲ ਆ ਸਕਦੇ ਹੋ, ਤਾਂ ਤੁਸੀਂ ਇਹ ਬੈਚਸ ਦੇ ਵਿੱਚ ਅਨਰੋਲ ਕਰ ਸਕਦੇ ਹੋ। ਬੜੇ ਹੀ ਚੀਜ਼ਾਂ ਢੰਗ ਨਾਲ ਤੁਹਾਨੂੰ ਸਿਖਾਏ ਜਾਣਗੇ, ਨੋਟਸ ਵਗੈਰਾ ਮਿਲਣਗੇ, ਹਰ ਇੱਕ ਚੀਜ਼ ਤੁਹਾਨੂੰ ਇਹਦੇ ਵਿੱਚ ਮਿਲਦੀ ਹੈ, ਠੀਕ ਹੈ? ਆਨਲਾਈਨ ਕਰਨਾ ਤਾਂ ਆਨਲਾਈਨ ਵਿੱਚ 1000 ਰੁਪਏ ਦਾ ਕੋਰਸ ਹੈਗਾ, ਜਸਟ 1000 ਰੁਪਏ ਦੇ ਵਿੱਚ। ਮੇਰੇ ਤੋਂ ਕੁਆਂਟ ਰੀਜਨਿੰਗ ਇੱਕਦਮ ਘੈਂਟ ਵਾਲੀ ਸਮਝ ਸਕਦੇ ਹੋ, ਬਹੁਤ ਹਲੇ ਹੋਈ ਵੀ ਨਹੀਂ ਹੈ, ਲਾਈਵ ਕਲਾਸਿਸ ਮਿਲਣਗੀਆਂ ਤੁਹਾਨੂੰ ਇਹਨਾਂ ਵਿੱਚ, ਜ਼ਰੂਰ ਇਨਰੋਲ ਹੋ ਜਾਓ ਜਲਦੀ ਤੋਂ ਜਲਦੀ, ਠੀਕ ਹੈ? ਓਕੇ ਜੀ, ਤੋ ਕਰਦੇ ਆ ਕਲਾਸ ਨੂੰ ਓਵਰ, ਠੀਕ ਹੈ? ਬਾਏ ਬਾਏ ਜੀ, ਸੈਸ਼ਨ ਨੂੰ ਲਾਈਕ ਕਰ ਦਿਓ ਜਿਨ੍ਹਾਂ ਨੇ ਲਾਈਕ ਵੀ ਨਹੀਂ ਕੀਤਾ ਹੋਇਆ।